ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮੈਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਵਰ ਦੀ ਤਰ੍ਹਾਂ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈੱਟਸ ਅਤੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ, ਟੈਲੀਫੋਨ ਅਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 19 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ, ਅਤੇ ਅੱਜ ਦਾ ਸਾਡਾ ਸਪੈਸ਼ਲ ਪ੍ਰੋਗਰਾਮ ਜਿਹੜਾ ਆ ਉਹ ਟਰੈਕਿੰਗ ਇੰਡਸਟਰੀ ਨੂੰ ਲੈ ਕੇ ਹੁੰਦਾ ਜੀ। ਅਤੇ ਆਪਣੇ ਨਾਲ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਜੀ। ਰਮਨ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-4052-2500। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਸੁਖਮਿੰਦਰ ਸਿੰਘ ਢਿੱਲੋਂ, ਅਤੇ ਨਾਲ ਹੀ ਪੰਜਾਬੀਆਂ ਦੀ ਆਪਣੀ ਜਿਹੜੀ ਟਰੈਕਿੰਗ ਐਸੋਸੀਏਸ਼ਨ ਨਾਪਟਾ, ਇਸ ਦੇ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ gonapta.org ਦੇ ਉੱਤੇ। ਅਤੇ ਆਓ ਆਪਾਂ ਜਿਹੜੀ ਅੱਜ ਦੀ ਗੱਲਬਾਤ ਆ ਉਹ ਜਿਹੜੀ ਕਰਦੇ ਹਾਂ, ਅਤੇ ਨਾਲ ਹੀ ਜਿਹੜੇ ਸਰੋਤੇ, ਜਿਹੜੇ ਖਾਸ ਕਰਕੇ ਟਰੱਕਰ ਦਾ, ਜੇ ਤੁਹਾਡੇ ਸਵਾਲ ਹੈਗੇ ਆ ਤਾਂ ਸਰੋਤੇ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈਗੇ ਟਰੈਕਿੰਗ ਦੇ ਨਾਲ ਸੰਬੰਧਿਤ ਸਵਾਲ ਕਰਨ ਦੇ ਲਈ 408-272-4052-2500। ਇੱਕ ਦੋ ਅਹਿਮ ਖਬਰਾਂ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਮੇਨ ਟਰੈਕਿੰਗ ਦੇ ਵੱਲ ਨੂੰ ਵਧਾਂਗੇ, ਕਿਉਂਕਿ ਕੱਲ੍ਹ ਕੈਲੀਫੋਰਨੀਆ ਦੇ ਵਿੱਚ ਜਿਹੜਾ ਨਵਾਂ ਕਾਨੂੰਨ ਆ ਉਸ ਦੇ ਉੱਤੇ ਗੈਵਿਨ ਨਿਊਸਮ ਜਿਹੜੇ ਆ ਉਹਨਾਂ ਨੇ ਜਿਹੜੇ ਟਰੈਕਿੰਗ ਦੇ ਨਾਲ ਵੀ ਜਿਹੜਾ ਡਾਇਰੈਕਟਲੀ ਜਿਹੜਾ ਸੰਬੰਧ ਹੈਗਾ ਆ ਉਸ ਦੇ ਉੱਤੇ ਹਸਤਾਖਰ ਕਰ ਦਿੱਤੇ ਆ। ਸੋ ਉਸ ਦੇ ਬਾਰੇ ਵੀ ਜਿਹੜੀ ਆਪਾਂ ਗੱਲਬਾਤ ਕਰਾਂਗੇ। FMCSA ਹੋਰ ਕੀ ਕਰ ਰਹੀ ਆ ਉਸ ਦੇ ਬਾਰੇ ਵੀ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਅਤੇ ਉਸ ਤੋਂ ਪਹਿਲਾਂ ਜਿਹੜੀ ਆਪਾਂ ਹਰਜੋਤ ਸਿੰਘ ਜੀ ਇਹਨਾਂ ਖਬਰਾਂ ਦੇ ਵੱਲ ਵਧੀਏ। ਇੱਕ ਕੱਲ੍ਹ ਜਿਹੜੀ ਹਲਚਲ ਜੀ ਜਿਹੜੀ ਆ ਮਚੀ ਆ ਵਾਈਟ ਹਾਊਸ ਦੇ ਵਿੱਚੋਂ, ਇੱਕ ਜਿਹੜੀ ਇੱਦਾਂ ਦੀ ਰਿਪੋਰਟ ਜਿਹੜੀ ਉਹ ਆ ਰਹੀ ਆ, ਇੱਕ ਵਿਸਲ ਬਲੋਵਰ ਸਾਹਮਣੇ ਆ ਰਿਹਾ ਜਿਸ ਦੇ ਵੱਲੋਂ ਇਹ ਕਥਿਤ ਦੋਸ਼ ਲਾਏ ਜਾ ਰਹੇ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਦੁਆਰਾ ਅਬਿਊਜ਼ ਆਫ ਪਾਵਰ ਜਿਹੜਾ ਆ ਉਹ ਕੀਤਾ ਜਾ ਰਿਹਾ ਆ। ਸੋ ਹੁਣ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਭੰਬਲ ਭੂਸਾ ਹੈਗਾ ਹੈ ਕਥਿਤ ਤੌਰ ਦੇ ਉੱਤੇ ਇਸ ਵਿਸਲ ਬਲੋਵਰ ਦੇ ਦੁਆਰਾ ਜਿਹੜੇ ਆ ਇਹ ਦੋਸ਼ ਜਿਹੜੇ ਆ ਉਹ ਮੜੇ ਜਾ ਰਹੇ ਆ। ਸੋ ਹੁਣ ਉਸ ਦੇ ਵਿੱਚ ਕੀ ਸੱਚਾਈ ਆ, ਕੀ ਉਸ ਦੇ ਵਿੱਚ ਝੂਠ ਆ, ਕੀ ਕੁਛ ਹੈਗਾ ਆ, ਉਸ ਨੂੰ ਲੈ ਕੇ ਹਰ ਇੱਕ ਜਣਾ ਆਪੋ ਆਪਣਾ ਜਿਹੜਾ ਰਾਗ ਆ ਉਹ ਹੁਣ ਅਲਾਪ ਰਿਹਾ ਆ। ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਸ ਦੇ ਉੱਤੇ ਥੋੜ੍ਹੀ ਜਿਹੜੀ ਆ ਕਲੈਰਟੀ ਆਵੇਗੀ ਵੀ ਇਸ ਪੂਰੇ ਮਸਲੇ ਦੇ ਵਿੱਚ ਬਣ ਕੇ ਰਿਹਾ ਹੈਗਾ ਆ ਵੀ ਕਿਹੜੇ ਚੀਜ਼ਾਂ ਨੂੰ ਲੈ ਕੇ ਅਬਿਊਜ਼ ਆਫ ਪਾਵਰ ਦੇ ਜਿਹੜੇ ਦੋਸ਼ ਆ ਜਿਹੜੇ ਆ ਇਸ ਬੰਦੇ ਦੇ ਦੁਆਰਾ ਲਾਏ ਜਾ ਰਹੇ ਹੈਗੇ ਆ ਜੀ। ਦੂਸਰੀ ਜਿਹੜੀ ਸੈਨ ਫਰਾਂਸਿਸਕੋ ਨੂੰ ਲੈ ਕੇ ਖਬਰ ਆ, ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕਿਹਾ ਵੀ ਹੋਮਲੈਸਨੈਸ ਜਿਹੜੀ ਆ ਉਹਨਾਂ ਦੀ ਪ੍ਰੋਬਲਮ ਬਹੁਤ ਵੱਡੀ ਹੈਗੀ, ਖਾਸ ਕਰਕੇ ਸੈਨ ਫਰਾਂਸਿਸਕੋ ਦੇ ਵਿੱਚ ਅਤੇ ਲੋਸ ਏਂਜਲਸ ਦੇ ਵਿੱਚ। ਸੋ ਉਹਦੇ ਕਰਕੇ ਉਹਨਾਂ ਨੇ ਇਹ ਵੀ ਕਿਹਾ ਆ ਵੀ ਅਸੀਂ ਜਿਹੜਾ ਆ EPA ਵੱਲੋਂ, ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਵੱਲੋਂ ਸੈਨ ਫਰਾਂਸਿਸਕੋ ਨੂੰ ਜਿਹੜਾ ਪੋਲਿਊਸ਼ਨ ਹੋ ਰਹੀ ਆ ਵੀ ਜਿਹੜੀ ਗੰਦਗੀ ਨੀਡਲਸ ਜਿਹੜੀਆਂ ਹੈਗੀਆਂ ਉਹ ਸਮੁੰਦਰ ਦੇ ਵਿੱਚ ਜਾ ਰਹੀਆਂ ਹੈਗੀਆਂ ਆ, ਉਹਦੇ ਕਰਕੇ ਆਪਾਂ ਸੈਨ ਫਰਾਂਸਿਸਕੋ, ਸਿਟੀ ਆਫ ਸੈਨ ਫਰਾਂਸਿਸਕੋ ਅਤੇ ਸਿਟੀ ਆਫ ਲੋਸ ਏਂਜਲਸ ਨੂੰ ਜਿਹੜੀ ਸਾਈਟੇਸ਼ਨ ਵੀ ਇਸ਼ੂ ਕਰਾਂਗੇ ਵੀ ਇਹ ਇਨਵਾਇਰਮੈਂਟਲ ਪੋਲਿਊਸ਼ਨ ਕਰ ਰਹੇ ਹੈਗੇ ਆ ਜੀ। ਹਿਪੋਕ੍ਰੇਸੀ ਦੀ ਵੈਸੇ ਹੱਦ ਹੁੰਦੀ ਆਪ ਜਿਹੜੀ ਉੱਦਾਂ ਕੰਪਨੀਆਂ ਵਾਲਾ ਜਿਹੜਾ ਪੋਲਿਊਸ਼ਨ ਆ ਕਹਿੰਦੇ ਵੀ ਚਲੋ ਕੋਈ ਨਹੀਂ ਪਾਲ ਦਿਓ, ਸਿੱਟ ਲਓ ਸਮੁੰਦਰਾਂ 'ਚ, ਪਰ ਕਿਉਂਕਿ ਇਹ ਆਟੋਮੈਟਿਕ ਇਹ ਇਹਨਾਂ ਨੇ ਸਿੰਘ ਫਸਣੇ ਸੀਗੇ ਕਿਉਂਕਿ ਇਸ ਪਾਸੇ ਡੈਮੋਕਰੇਟ ਆ ਅਤੇ ਇਹਨਾਂ ਦੀ ਜਿਹੜੀ ਲੱਗਦੀ ਬਹੁਤ ਆ ਜਿਹੜੇ ਇਸ ਪਾਸੇ ਵੱਲ ਨੂੰ। ਅਜੇ ਥੋੜ੍ਹੇ ਦਿਨ ਪਹਿਲਾਂ ਹੀ ਆ ਕੇ $15 million ਕੈਲੀਫੋਰਨੀਆ ਦੇ ਵਿੱਚੋਂ ਉਹਨਾਂ ਦੇ ਵੱਖ ਵੱਖ ਡੋਨਰਸ ਦੇ ਦੁਆਰਾ ਜਿਹੜਾ ਉਹ ਇਕੱਤਰ ਕਰਕੇ ਜਿਹੜੇ ਉਹ ਗਏ। ਪਰ ਇਹ ਵੀ ਗੱਲ ਆ, ਰਾਜਕਰਨ ਵੀਰ ਸਿੰਘ ਜੀ ਕਹਿੰਦੇ ਵੀ ਸੈਨ ਫਰਾਂਸਿਸਕੋ ਪਹਿਲਾ ਸ਼ਹਿਰ ਆ ਪੂਰੇ ਅਮਰੀਕਾ 'ਚ ਜਿੱਥੇ ਉਹਨਾਂ ਨੇ ਟੱਟੀ ਸਾਫ਼ ਕਰਨ ਦੇ ਲਈ ਜਿੱਦਾਂ ਇੱਕ ਜਿਹੜੀ ਆ ਉਹਨੂੰ ਕਹਿੰਦੇ ਵੀ ਇੱਕ ਬ੍ਰਿਗੇਡ ਬਣਾਈ ਹੋ, ਪੂਪ ਪੈਟਰੋਲ ਜਿਹਨੂੰ ਕਹਿੰਦੇ ਆ, ਜਿਹ 'ਚ ਬੰਦੇ ਉਹਨੇ ਹਾਇਰ ਕੀਤੇ ਉਹ ਹੈਗੇ ਆ। ਸੋ ਇੰਨਾ ਗੰਦ ਤਾਂ ਜ਼ਰੂਰ ਪਿਆ ਹੈਗਾ ਆ। ਸੋ ਜ਼ਰੂਰ ਸੈਨ ਫਰਾਂਸਿਸਕੋ ਨਹੀਂ ਇਕੱਲਾ, ਲੋਸ ਏਂਜਲਸ ਹੋਰ ਵੀ ਜਿਹੜੇ ਬਹੁਤ ਸਾਰੇ ਸ਼ਹਿਰ ਆ ਜਿਹੜੀ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਸਾਡੇ ਸੈਨੋਜ਼ 'ਚ ਵੀ ਹੈਗੀ ਆ ਹੋਮਲੈਸਨੈਸ ਦੀ, ਅਤੇ ਜਿਹੜਾ ਗੰਦਗੀ ਫੈਲਦੀ ਆ ਉਹਦੇ 'ਤੇ ਜ਼ਰੂਰ ਲੋਕਲ ਗਵਰਨਮੈਂਟਸ ਆ ਉਹਨਾਂ ਨੂੰ ਵਰਕਆਊਟ ਕਰਨਾ ਪੈਣਾ ਹੈ ਜੀ। ਚਲੋ ਨੋ ਡਾਊਟ ਹੈ ਜਿਹੜੀ ਇਹ ਚੀਜ਼ ਹੈਗੀ ਆ, ਪਰ ਕਿੱਥੇ ਬਾਇਓਡੀਗ੍ਰੇਡੇਬਲ ਅਤੇ ਕਿੱਥੇ ਜਿਹੜੀਆਂ ਚੀਜ਼ਾਂ ਆ
ਉਹ ਅਸਲ ਦੇ ਵਿੱਚ ਵਾਤਾਵਰਣ ਨੂੰ ਨੁਕਸਾਨ ਜਿਹੜੀਆਂ ਕਰ ਰਹੀ ਆ। ਅਸੀਂ ਨਹੀਂ ਕਹਿੰਦੇ ਵੀ ਇਹਨਾਂ ਨੂੰ ਨਾ ਕਰੋ ਕਰੋ, ਅਤੇ ਪਰ ਦੂਜੇ ਪਾਸੇ ਵੀ ਜਿਹੜੀ ਆ ਉੱਧਰ ਵੀ ਥੋੜ੍ਹੀ ਜਿਹੜੀ ਨਾਲ ਰੱਖੋ ਵੀ ਉਹਨਾਂ ਨੂੰ ਵੀ ਬਰਾਬਰ ਦਾ ਹੀ ਜਿਹੜਾ ਜੁਰਮਾਨਾ ਆ ਜਾਂ ਉਹ ਚੀਜ਼ਾਂ ਕਰੋ, ਇੱਦਾਂ ਰੈਗੂਲੇਸ਼ਨਾਂ ਜਿਹੜੀ ਉਹਦੇ ਵਿੱਚੋਂ ਹਰ ਇੱਕ ਜਣਾ ਚਾਹੁੰਦਾ, ਹਰ ਕੰਪਨੀ ਵਾਲੇ ਚਾਹੁੰਦੇ ਰੈਗੂਲੇਸ਼ਨਾਂ ਜਿਹੜੀਆਂ ਉਹ ਘਟਣ, ਨੋ ਡਾਊਟ। ਪਰ ਸਭ ਨੂੰ ਹੀ ਪਤਾ ਆ ਵੀ ਬਾਅਦ ਦੇ ਵਿੱਚ ਓਵਰਆਲ ਜਿਹੜਾ ਇਨਵਾਇਰਮੈਂਟ ਦੇ ਉੱਤੇ ਕਿੰਨਾ ਅਸਰ ਪੈਂਦਾ, ਚਾਹੇ ਤੁਸੀਂ ਕੰਜ਼ਰਵੇਟਿਵ ਵੀ ਹੋ, ਤੁਸੀਂ ਮੰਨਦੇ ਹੋ ਵੀ ਕਲਾਈਮੇਟ ਚੇਂਜ ਜਿਹੜੇ ਵੀ ਨਹੀਂ ਹੋ ਰਿਹਾ, ਪਰ ਫਿਰ ਵੀ ਕੀ ਤੁਹਾਡੀ ਇੰਨੀ ਜ਼ਿੰਮੇਵਾਰੀ ਜਾਂ ਇੰਨੀ ਤੁਹਾਡੀ ਰਿਸਪੋਂਸੀਬਿਲਟੀ ਨਹੀਂ ਹੈਗੀ ਵੀ ਤੁਸੀਂ ਆਪਣੀ ਇਸ ਪਲੈਨਟ ਦੇ ਲਈ, ਇੱਕੋ ਇੱਕ ਪਲੈਨਟ ਆਪਣੇ ਕੋਲ, ਕਿਹੜਾ ਕੋਈ ਹੋਰ ਹੈਗਾ ਵੀ ਆਪਾਂ ਮੰਗਲ ਗ੍ਰਹਿ 'ਤੇ ਚੱਲ ਜਾਣਾ ਜਾਂ ਚੰਦਰਮਾ 'ਤੇ ਚੱਲ ਜਾਣਾ ਵੀ ਬਾਅਦ ਜਾ ਕੇ ਰਹਿ ਲਾਂਗੇ। ਜੇ ਇਹੀ ਨਸ਼ਟ ਹੋ ਗਿਆ ਤਾਂ ਬਚਣਾ ਜਿਹੜਾ ਆਪਣੇ ਕੋਲੋਂ ਰਹਿਣ ਦੇ ਲਈ ਕੱਖ ਨਹੀਂ ਆ। ਅੱਗੇ ਲੋਕਾਂ 'ਚ ਹੁੰਦਾ ਸੀ ਵੀ ਆਉਣ ਵਾਲੇ ਜਿਹੜੇ ਪੀੜ੍ਹੀਆਂ ਵਾਸਤੇ ਆਪਾਂ ਕੀ ਛੱਡ ਕੇ ਜਾਵਾਂਗੇ, ਪਰ ਹੁਣ ਜਿਹੜੇ ਲੋਕ ਸਿਰਫ ਆਪੋ ਆਪਣੇ ਤੱਕ ਜਿਹੜੇ ਉਹ ਸੀਮਤ ਰਹਿ ਰਹੇ ਨੇ। ਜੀ, ਅਗਲੀ ਖਬਰ ਵਿੱਚ ਚਲੀਏ, ਉਹ ਵੀ ਨਾਲੇ ਰਿਲੇਟਡ ਆ, ਰਮਨ ਜੀ ਨੂੰ ਵੀ ਪੁੱਛਾਂਗੇ ਆਪਾਂ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਕਿਹਾ ਵੀ ਅਸੀਂ ਕੈਲੀਫੋਰਨੀਆ ਦਾ ਜਿਹੜਾ ਫੈਡਰਲ ਵੇਵਰ ਹੈਗਾ ਮਿਸ਼ਨ ਦੇ ਉੱਤੇ ਉਹ ਕਰਨ ਜਾ ਰਹੇ ਹੈਗੇ ਆ। ਆਪਾਂ ਨੂੰ ਪਤਾ ਹੈ ਪਿਛਲੇ ਸਾਲਾਂ ਦੇ ਵਿੱਚ ਟਰੱਕਾਂ ਵਾਲਿਆਂ ਨੂੰ ਆਪਣੇ ਜਿਹੜੇ ਚੇਂਜ ਕਰਨੇ ਪਏ ਸੀ ਬਹੁਤ ਸਾਰੇ ਇੰਜਣ ਵੀ, ਰਾਈਟ, ਅਤੇ ਜਿਹਦੇ ਨਾਲ ਅਮਿਸ਼ਨ ਜਿਹੜੀ ਆ ਉਹ ਘੱਟ ਹੋਵੇ, ਪਰ ਇਹ ਲੱਗਦਾ ਆ ਵੀ ਉਸੇ ਅਮਿਸ਼ਨ ਨੂੰ ਇਹਨਾਂ ਨੇ ਰਿਵਰਸ ਕੀਤਾ ਹੈਗਾ। ਜੀ, ਇਕੱਲਾ ਇਹੀ ਨਹੀਂ, ਇਹ ਮੇਨ ਉਹਨਾਂ ਨੇ ਆਟੋ ਇੰਡਸਟਰੀ ਦੇ ਲਈ ਕੀਤਾ, ਕਿਉਂਕਿ ਜਿੰਨੀਆਂ ਵੀ ਨਵੀਆਂ ਕਾਰਾਂ ਆਉਂਦੀਆਂ ਉਹਨਾਂ ਦੇ ਉੱਤੇ ਨਵੀਆਂ ਰੈਗੂਲੇਸ਼ਨਸ ਹੁੰਦੀਆਂ ਆ ਵੀ ਤੁਹਾਡੀ ਜਿਹੜੀ ਗੱਡੀ ਆ ਉਹ ਇੰਨੀ ਕੁ ਹੀ ਜਿਹੜੀ ਪੋਲਿਊਸ਼ਨ ਆ ਉਹ ਫੈਲਾ ਸਕਦੀ ਆ ਜਾਂ ਉਸ ਤੋਂ ਘੱਟ ਜਿਹੜੀ ਉਹ ਕਰੇ, ਅਤੇ ਮਾਈਲੇਜ ਜਿਹੜੀ ਉਸ ਦੀ ਉਹ ਵੱਧ ਹੋਵੇ, ਜਿਸ ਦਾ ਇਨ ਦੀ ਐਂਡ ਕੰਜ਼ਿਊਮਰ ਨੂੰ ਜਿਹੜਾ ਓਵਰਆਲ ਜਿਹੜਾ ਫਾਇਦਾ ਵੀ ਹੁੰਦਾ ਆ। ਪਰ ਕਹਿੰਦੇ ਆ ਵੀ ਉਸ ਦੇ ਕਰਕੇ ਗੱਡੀ ਜਿਹੜੀ ਥੋੜ੍ਹੀ ਮਹਿੰਗੀ ਵੀ ਜਿਹੜੀ ਹੁੰਦੀ ਆ, ਸੋ ਉਸ ਚੀਜ਼ ਨੂੰ ਹਟਾਉਣ ਦੀ ਜਿਹੜੀ ਆ ਉਹ ਜਿਹੜੀ ਇੱਕ ਬਹਾਨੇ ਦੇ ਤਹਿਤ ਇਹ ਜਿਹੜਾ ਫੈਡਰਲ ਵੇਵਰ ਆ ਉਸ ਨੂੰ ਹਟਾਇਆ ਜਾ ਰਿਹਾ ਆ। ਸੋ ਕੱਲ੍ਹ ਜਿਹੜਾ ਰਾਸ਼ਟਰਪਤੀ ਟਰੰਪ ਹੋਣਾ ਨੇ ਨਾਰਾ ਵੀ ਦੇ ਦਿੱਤਾ ਵੀ ਇੱਕ ਮੁਲਕ ਅਤੇ ਇੱਕ ਰੂਲ ਦਾ, ਜਿਹੜਾ ਜਿੱਦਾਂ ਇੰਡੀਆ ਦੇ ਵਿੱਚ ਆ ਨਾ ਇੱਕ ਦੇਸ਼ ਅਤੇ ਇੱਕ ਭਾਸ਼ਾ ਦਾ, ਸੋ ਇਸ ਤਰੀਕੇ ਦੇ ਨਾਲ ਇੱਥੇ ਜਿਹੜਾ ਉਹਨਾਂ ਨੇ ਹੁਣ ਨਾਰਾ ਦਿੱਤਾ ਹੈ ਉਹ ਇਸ ਨੂੰ ਕਾਫੀ ਵੱਖ ਆ। ਪਰ ਸਭ ਨੂੰ ਪਤਾ ਵੀ ਅਮਰੀਕਾ ਦੇ ਵਿੱਚ ਜਿਹੜਾ ਸੂਬਿਆਂ ਦੇ ਕੋਲ ਕਾਫੀ ਜ਼ਿਆਦਾ ਜਿਹੜੇ ਖੁਦ ਮੁਖਤਿਆਰੀ ਦੇ ਜਿਹੜੇ ਅਧਿਕਾਰ ਹੈਗੇ ਨੇ, ਵੱਖ ਵੱਖ ਕਾਨੂੰਨ ਜਿਹੜੇ ਉਹ ਆਪਣੇ ਤੌਰ ਦੇ ਉੱਤੇ ਜਿਹੜੇ ਉਹ ਘੜਦੇ ਨੇ, ਸੋ ਇਹ ਹੁਣ ਸਿੱਧਾ ਪੇਚਾ ਜਿਹੜਾ ਆ ਅਦਾਲਤਾਂ ਦੇ ਵਿੱਚ ਜਾ ਕੇ ਇਹਨਾਂ ਦਾ ਹੁਣ ਪੈਣਾ ਹੈਗਾ ਆ। ਅਤੇ ਆਪਾਂ ਜਿਹੜੇ ਹੁਣ ਟਰੈਕਿੰਗ ਦੇ ਨਾਲ ਸੰਬੰਧਿਤ ਵੀ ਜਿਹੜੀਆਂ ਖਬਰਾਂ ਕਰਦੇ ਹਾਂ, ਅਤੇ ਰਮਨ ਜੀ ਕੀ ਇਸ ਜਿਹੜਾ EPA ਦਾ ਵੇਵਰ ਹਟਾਉਣ ਦੇ ਨਾਲ ਕੀ ਜਿਹੜਾ ਕਾਰਬ ਦੀਆਂ ਰੈਗੂਲੇਸ਼ਨ ਆ ਉਹ ਘੱਟ ਸਕਦੀਆਂ ਨੇ ਜੇ ਆਪਾਂ ਟਰੈਕਿੰਗ ਇੰਡਸਟਰੀ ਦੇ ਨਜ਼ਰ ਤੋਂ ਦੇਖੀਏ ਤਾਂ? ਬਿਲਕੁਲ, ਜਿਹੜਾ ਕਿਉਂਕਿ ਇਹ ਟੋਟਲੀ ਜਿਹੜੀ ਫੈਡਰਲ ਗਵਰਨਮੈਂਟ ਜਾਂ ਕਹਿ ਲਓ ਵੀ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਆ ਇਸ ਮਾਮਲੇ ਦੇ ਵਿੱਚ ਥੋੜ੍ਹੀ ਜਿਹੜੀ EPA ਆ ਇਹਦੇ ਖਿਲਾਫ ਹੀ ਹੁੰਦੀ ਹੈ ਜ਼ਿਆਦਾਤਰ। ਸੋ ਇਸ ਕਰਕੇ ਆਉਣ ਵਾਲਾ ਟਾਈਮ ਜਿਹੜਾ ਬੱਚੇਗਾ ਕਿ ਇਹਦੇ ਵਿੱਚ ਜਿਹੜੀਆਂ ਚੇਂਜਸ ਲਿਆਉਣ ਜਾ ਰਹੇ ਆ ਜਾਂ ਚੇਂਜਸ ਕਹਿ ਰਹੇ ਆ ਉਹਦਾ ਕੀ ਅਸਰ ਹੋਊਗਾ, ਪਰ ਅਜੇ ਤੱਕ ਕੋਈ ਇੱਦਾਂ ਖਾਸ ਜਿਹੜਾ ਆ ਉਹ ਪਤਾ ਨਹੀਂ ਲੱਗਾ। ਜੀ ਬਿਲਕੁਲ, ਕਿਉਂਕਿ ਅਜੇ ਤਾਂ ਇਹ ਜਿਹੜੀ ਕਾਰਵਾਈ ਵੀ ਜਿਹੜੀ ਅਦਾਲਤ ਦੇ ਵਿੱਚ ਜਿਹੜੀ ਉਹ ਜਾਊਗੀ, ਉਸ ਤੋਂ ਬਾਅਦ ਦੇ ਵਿੱਚ ਹੀ ਫਿਰ ਪਤਾ ਲੱਗ ਸਕੂਗਾ ਵੀ ਕੀ ਆਖਦੇ ਨੇ ਵੀ ਕੀ ਜਿਹੜਾ ਵੇਵਰ ਹਟਾਉਣ ਦੀ ਗੱਲ ਹੈਗੀ ਆ ਉਸਨੂੰ ਜਿਹੜੀ ਮਨਜ਼ੂਰੀ ਮਿਲਦੀ ਆ ਜਾਂ ਨਹੀਂ ਮਿਲਦੀ। ਅਤੇ ਜੇ ਮਨਜ਼ੂਰੀ ਮਿਲ ਜਾਂਦੀ ਹੈ ਫਿਰ ਆਟੋਮੈਟਿਕਲੀ ਜਿਹੜੇ ਕਾਰ ਵਾਲਿਆਂ ਦੀਆਂ ਜਿਹੜੀਆਂ ਕਈ ਰੈਗੂਲੇਸ਼ਨਸ ਆ ਉਸ ਦੇ ਉੱਤੇ ਜਿਹੜੀ ਉਹ ਕਟੌਤੀ ਜਿਹੜੀ ਉਹ ਹੋ ਸਕਦੀ ਆ। ਅਤੇ ਜੇ ਆਪਾਂ ਹੁਣ ਜੀ ਅੱਜ ਦੀ ਜਿਹੜੀ ਅਹਿਮ ਗੱਲ ਵੀ ਜਿਹੜੀ ਕਰੀਏ, AB 5 ਬਿੱਲ ਜਿਹੜਾ ਸੈਨੇਟ ਦੇ ਵੱਲੋਂ ਵੀ ਪਾਸ ਹੋ ਗਿਆ ਸੀ, ਹਾਊਸ ਦੇ ਵਿੱਚੋਂ ਵੀ ਪਾਸ ਹੋਣਾ ਹੀ ਹੋਣਾ ਸੀਗਾ, ਅਤੇ ਕੱਲ੍ਹ ਜਿਹੜੇ ਗੈਵਿਨ ਨਿਊਸਮ ਆ ਕਰ ਦਿੱਤੇ ਆ, ਕਹਿੰਦੇ ਉਹਨਾਂ ਨੇ ਜਿਹੜੇ ਕਹਿੰਦੇ ਆ ਵੀ ਉਹ ਸਾਈਨ ਕਰ ਦਿੱਤੇ ਆ। ਸੋ ਕਹਿੰਦੇ ਵੀ 1 ਜਨਵਰੀ ਤੋਂ ਹੁਣ ਜਿਹੜਾ ਉਹ ਜਿਹੜਾ ਇੰਪਲੋਇਰਸ ਦਾ ਅਤੇ ਇੰਪਲੋਈ ਦਾ ਜਿਹੜਾ ਇੱਕ ਰਿਸ਼ਤਾ ਆ ਇੰਡੀਪੈਂਡੈਂਟ ਕੰਟਰੈਕਟਰ ਵਾਲਾ ਜਿਹੜਾ ਮਸਲਾ ਆ ਉਹ ਹੁਣ 1 ਜਨਵਰੀ ਤੋਂ ਲਾਗੂ ਹੋਣ ਜਾ ਰਿਹਾ। ਬਿਲਕੁਲ ਜੀ, ਇਹ ਜਿਹੜੀ ਚੀਜ਼ ਆ ਇਹ ਗਵਰਨਰ ਨੇ ਸਾਈਨ ਕਰ ਦਿੱਤੀ ਆ, ਔਰ ਸਾਈਨ ਕਰਨ ਤੋਂ ਬਾਅਦ ਇਹਨੂੰ ਹੁਣ January 1, 2020 ਤੋਂ ਇਹ ਜਿਹੜਾ ਆ ਇਹਨੂੰ ਲਾਗੂ ਕਰਨ ਦੀ ਜਿਹੜੀ ਇੱਕ ਵੈਬ ਸ਼ੁਰੂ ਹੋ ਜੂਗੀ। ਸੋ ਜਿਹੜੀ ਆਪਾਂ ਕਾਫੀ ਦੇਰ ਤੋਂ ਇਹ ਗੱਲਬਾਤ ਕਰਦੇ ਆ ਰਹੇ ਸੀਗੇ ਸਿਚੁਏਸ਼ਨ ਦੀ ਕੀ ਹੋ ਰਿਹਾ ਜਿਹੜਾ ਨਵਾਂ ਕੰਟਰੈਕਟਰ ਲਾਅ ਜਿਹੜਾ ਆ ਰਿਹਾ, ਸੋ ਹੁਣ ਇਹ ਲਾਅ ਜਿਹੜਾ ਹੈ ਟੋਟਲੀ ਬਾਹਰ ਆਊਗਾ। ਬਾਹਰ ਆਉਣ ਤੋਂ ਬਾਅਦ ਆਪਾਂ ਇਹਦੀ ਟੋਟਲੀ ਜਿਹੜੀ ਆ ਦੇਖ ਸਕਦੇ ਹਾਂ ਕਿ ਇਹਦਾ ਕੀ ਅਸਰ ਹੈਗਾ ਜਾਂ ਕੀ ਕਿਹਨੂੰ ਕੀ ਕੋਈ ਛੋਟੀ ਮੋਟੀ ਜਿਹੜੀ ਲੈਂਗੁਏਜ ਵਿੱਚ ਕੀ ਲਿਖੀ ਆ ਕੀ ਜਿਹਦੇ ਨਾਲ ਇਹਦਾ ਕੋਈ ਫਰਕ ਹੋਊਗਾ। ਪਰ ਜਿਸ ਹਿਸਾਬ ਦੇ ਨਾਲ ਅਜੇ ਤੱਕ ਗੱਲ ਹੋ ਰਹੀ ਆ ਉਸ ਹਿਸਾਬ ਦੇ ਨਾਲ ਤਾਂ ਇਹੋ ਹੀ ਲੱਗ ਰਿਹਾ ਕਿ ਇਹ ਜਿਹੜਾ ਲਾਅ ਹੈਗਾ
ਇਹ ਆਪਣਾ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਦਾ ਸੈਟਅਪ ਹੈਗਾ ਕੈਲੀਫੋਰਨੀਆ ਦੇ ਵਿੱਚ ਟੋਟਲੀ ਜਿਹੜਾ ਆ ਉਹ ਖਤਰੇ 'ਚ ਆ ਗਿਆ ਜੀ। ਸੋ ਬਿਲਕੁਲ ਜਿਸ ਤਰ੍ਹਾਂ ਆਪਾਂ ਬਹੁਤ ਚਿਰਾਂ ਤੋਂ ਕਹਿ ਰਹੇ ਸੀ ਵੀ ਜਿਹੜਾ ਇਹ 1099 ਵਾਲਾ ਮੁੱਦਾ ਆ ਹੁਣ ਇਹ ਇੱਕ ਤਰ੍ਹਾਂ ਦੇ ਨਾਲ ਟੋਟਲੀ ਜਿਹੜਾ ਕਲੀਅਰ ਹੋ ਗਿਆ। ਸੋ ਜਨਵਰੀ 1 ਤੋਂ ਹੀ ਜਿਹੜੇ ਸਾਰੇ ਆ ਉਹ W2 ਦੇ ਉੱਤੇ ਹੀ ਹੋਣੇ ਚਾਹੀਦੇ ਹੈਗੇ ਆ ਜੀ। ਸੋ ਇਹ ਇੱਕ ਚੀਜ਼ ਜਿਹੜੀ ਜ਼ਰੂਰ ਕਲੀਅਰ ਕੀਤੀ ਜਾਵੇ ਵੀ 1099 ਅਜੇ ਵੀ ਕਿਉਂਕਿ ਕਈ ਕਿ ਬਿਲਕੁਲ ਹੀ ਜਿਹੜਾ 1099 ਉਹ ਟੋਟਲੀ ਖਤਮ ਹੋ ਗਿਆ ਟਰੈਕਟਰਸ ਦੇ ਲਈ ਜਾਂ ਕਿਸੇ ਸਿਚੁਏਸ਼ਨ ਦੇ ਵਿੱਚ ਹੋ ਸਕਦਾ? ਨਹੀਂ, ਟੋਟਲੀ ਨਹੀਂ ਖਤਮ ਹੋਇਆ। ਸਿਰਫ ਇਹ ਚੀਜ਼ ਹੋਈ ਆ ਕਿ ਤੁਸੀਂ ਜਦੋਂ ਹਾਇਰ ਕਿਸੇ ਨੂੰ ਕਰਦੇ ਆ, ਚਾਹੇ ਤੁਸੀਂ ਉਹਨੂੰ ਇੰਡੀਪੈਂਡੈਂਟ ਕੰਟਰੈਕਟਰ ਹਾਇਰ ਕਰਦੇ ਆ ਚਾਹੇ ਕੁਛ ਵੀ ਆ, ਜਦੋਂ ਤੁਸੀਂ ਫਸਟ ਹਾਇਰਿੰਗ ਕਰਦੇ ਆ ਤਾਂ ਕੰਪਨੀ ਕਿੱਦਾਂ ਵੈਰੀਫਾਈ ਕਰੇ ਕਿ ਉਹ ਇੰਪਲੋਈ ਆ ਜਾਂ ਕਿ ਉਹ ਤੁਹਾਡਾ ਜਿਹੜਾ ਆ ਉਹ ਇੰਡੀਪੈਂਡੈਂਟ ਕੰਟਰੈਕਟਰ? ਸੋ ਦੋਨੋਂ ਚੀਜ਼ਾਂ ਜਿਹੜੀਆਂ ਨਾ ਉਹ ਜਿਹੜੀਆਂ ਵੈਰੀਫਿਕੇਸ਼ਨ ਆ ਉਹਦਾ ਮਸਲਾ ਆ ਕਿ ਵੈਰੀਫਿਕੇਸ਼ਨ ਕਿੱਦਾਂ ਹੋਣੀ ਚਾਹੀਦੀ। ਸੋ ਵੈਰੀਫਿਕੇਸ਼ਨ ਦੀ ਗਾਈਡਲਾਈਨ ਦਿੱਤੀ ਆ, ਜਿਹੜੀ ਉਹ ਗਾਈਡਲਾਈਨ ਦਿੱਤੀ ਆ ਉਹ ਗਾਈਡਲਾਈਨ ਦੇ ਮੁਤਾਬਕ ਜਿਹੜਾ ਆ ਉਹ ਇਹ ਹੁੰਦਾ ਕਿ ਜਿਹੜੀ ABC ਜਿਹੜਾ ਟੈਸਟ ਹੈਗਾ ਉਹਦੇ ਵਿੱਚ ਜਿਹੜੀ ਵੀ ਪ੍ਰੋਂਗਸ ਹੈਗੀ ਆ ਉਹ ਕਹਿੰਦੀ ਆ ਕਿ ਕੋਈ ਵੀ ਹਾਇਰਿੰਗ ਐਂਟੀਟੀ ਜਿਹੜੀ ਆ ਉਹ ਜਿਹਨੂੰ ਹਾਇਰ ਕਰਦੀ ਆ ਉਹ ਦੋਨੋਂ ਸੇਮ ਲਾਈਨ ਆਫ ਬਿਜ਼ਨਸ ਨਹੀਂ ਹੋਣੇ ਚਾਹੀਦੇ ਜੀ। ਸੋ ਉੱਥੇ ਜਾ ਕੇ ਪ੍ਰੋਬਲਮ ਖੜੀ ਹੁੰਦੀ ਆ। ਸਾਡੇ ਲਈ ਜਿਹੜੀ ਟਰੱਕਿੰਗ ਇੰਡਸਟਰੀ ਆ ਉਹਦੇ ਲਈ ਬਿਗੈਸਟ ਜਿਹੜੀ ਇਸ਼ੂ ਹੈਗਾ ਉਹ ਪ੍ਰੋਂਗ ਬੀ ਹੈਗੀ ਆ, ਜਿਹੜਾ ABC ਟੈਸਟ ਦੇ ਵਿੱਚ ਸੈਕਸ਼ਨ ਬੀ ਹੈਗਾ ਉਹ ਸਾਡੀ ਬਿਗੈਸਟ ਪ੍ਰੋਬਲਮ ਆ। ਕਿਉਂਕਿ ਬਿਗੈਸਟ ਪ੍ਰੋਬਲਮ ਸਾਡੇ ਲਈ ਇਹ ਆ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ, ਪੰਜਾਬੀ ਕਮਿਊਨਿਟੀ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਇਸ ਵੇਲੇ ਬਿਜ਼ਨਸ ਮਾਡਲ ਚੱਲ ਰਿਹਾ ਉਹ ਚੱਲ ਰਿਹਾ ਜਿਹੜਾ ਕਿ ਪ੍ਰੋਂਗ ਬੀ ਦੇ ਥੱਲੇ ਆਉਂਦਾ, ਇੱਕ ਟਰੱਕਿੰਗ ਕੰਪਨੀ ਦੂਜੀ ਟਰੱਕਿੰਗ ਕੰਪਨੀ ਨੂੰ ਜਿਹੜਾ ਲੋਡ ਦਿੰਦੀ ਆ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਜ਼ਿਆਦਾ ਇਹਦਾ ਅਸਰ ਹੋਣ ਦਾ ਖਤਰਾ ਆ ਕਿਉਂਕਿ ਸਾਡੇ ਬਿਜ਼ਨਸ ਮਾਡਲ ਹੀ ਸਾਰਾ ਉਹੀ ਚੱਲ ਰਿਹਾ ਸਾਡੇ ਲਈ। ਜੀ ਜੀ ਬਿਲਕੁਲ। ਆਪਣੇ ਨਾਲ ਕੁਛ ਕਾਲਰ ਵੀ ਜੁੜੇ, ਉਹ ਵੀ ਆਪਣੇ ਜਿਹੜੇ ਸਵਾਲ ਪੁੱਛਣਾ ਚਾਹੁੰਦੇ ਹੋ, ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਆ ਤਾਂ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈਗਾ ਸਟੂਡੀਓ 'ਚ ਕਾਲ ਕਰਨ ਦੇ ਲਈ 462-5200। ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਧੰਨਵਾਦ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਰਮ ਜੀ ਇੱਕ ਕੁਐਸਚਨ ਹੈ, ਉਹ ਤੋਂ ਪਹਿਲਾਂ ਜਿਸ ਤਰ੍ਹਾਂ ਥੋੜੇ ਦਿਨ ਪਹਿਲਾਂ ਹਰਜੀਤ ਸਿੰਘ ਨੇ ਜਕਾਲਾ ਮੈਡਮ ਨੇ ਦੱਸਿਆ ਸੀ ਮੀਟਿੰਗ ਦਾ ਜੂਬਲ ਸ੍ਰੀ ਸ਼ਨੀਵਾਰ ਨੂੰ 5 ਵਜੇ 11 ਵਜੇ ਗੁਰਦੁਆਰਾ ਸਾਹਿਬ, ਉਹਨੇ ਕਿਹਾ ਸੀ ਵੀ ਟਰੱਕ ਡਰਾਈਵਰਾਂ ਨੂੰ ਕਿ ਵੀਰਾਂ ਨੇ ਭੁਲੇਖਾ ਆਇਆ ਉਹਨਾਂ, ਉਹ ਕਹਿੰਦੇ ਵੀ ਸਿਰਫ ਟਰੱਕ ਡਰਾਈਵਰ ਉਹਦੇ ਵਿੱਚ ਓਨਰ ਆਪਰੇਟਰ ਵੀ ਸਾਰੇ ਕੰਪਨੀਆਂ ਨੂੰ ਇਨਵਾਈਟਡ ਕਰ ਰਹੇ ਆ ਉਹ ਵੀ ਸਾਰੇ ਉੱਥੇ ਭਾਵੇਂ ਕਿਸੇ ਕੋਲ ਇੱਕ ਟਰੱਕ ਆ ਜਾਂ 5 ਆ 20 ਆ 50 ਦਾ 100 ਆ, ਪ੍ਰੋਬਲਮ ਸਾਰਿਆਂ ਨੂੰ ਸੇਮ ਹੀ ਆ, ਲਾ ਵੀ ਸਾਰਿਆਂ ਲਈ ਸੇਮ ਪਾਸ ਹੁੰਦੇ ਆ ਹੋਣੇ ਵੀ ਆ, ਤੇ ਮੈਂ ਵੀ ਚਾਹੁੰਦਾ ਵੀ ਰਿਕੁਐਸਟ ਕਰਦਾ ਵੀ ਸਾਰੇ ਵੀਰ ਉੱਥੇ ਪਹੁੰਚਣ ਵੀ ਆਪਣੇ ਵਿਚਾਰ ਜਿਹੜੀ ਵੀ ਡਿਸਕਸ ਕਰਾਂਗੇ ਸਾਰੇ ਉੱਥੇ ਰਲ ਮਿਲ ਕੇ ਹੋਣੀ ਚਾਹੀਦੀ ਹੈ, ਤੇ ਕਿਸੇ ਨਾ ਕਿਸੇ ਆਪਣੇ ਅਸੀਂ ਸਿੱਟੇ ਤੇ ਪਹੁੰਚ ਸਕੀਏ। ਇਹ ਪ੍ਰੋਬਲਮ ਸਾਰਿਆਂ ਨੂੰ ਤੇ ਸਾਰਿਆਂ ਵਾਸਤੇ ਆ ਤੇ ਕੰਪਨੀਆਂ ਵਾਸਤੇ ਸਾਰੇ ਜ਼ਰੂਰ ਆਉਣ ਪਲੀਜ਼। ਤੇ ਦੂਜਾ ਰਮਨ ਜੀ ਮੇਰਾ ਕੁਐਸਚਨ ਇਹ ਆ, ਜਿਸ ਤਰ੍ਹਾਂ ਤੁਸੀਂ 10 ਕਈ ਹੁਣ ਸਤਨਾਮ ਜੀ, ਹੈਲੋ ਸਤਨਾਮ ਜੀ, ਮੈਨੂੰ ਲੱਗਦਾ ਉਹਨਾਂ ਦੀ ਲਾਈਨ ਦੇ ਵਿੱਚ ਟਰੱਕ, ਤੁਸੀਂ ਦੁਬਾਰਾ ਸਵਾਲ ਪੁੱਛਿਓ, ਤੁਹਾਡੀ ਆਵਾਜ਼ ਆਉਣੀ ਬੰਦ ਹੋ ਗਈ ਸੀ। ਆਉਂਦੀ ਆਵਾਜ਼ ਜੀ ਹੁਣ? ਹਾਂਜੀ ਹੁਣ ਆ ਰਹੀ ਹੈ ਜੀ, ਦੁਬਾਰਾ ਪੁੱਛਿਓ ਆਪਣਾ ਸਵਾਲ। ਹਾਂਜੀ, ਕੁਐਸਚਨ ਮੇਰਾ ਇਹ ਸੀ ਜੀ, ਜਿਸ ਤਰ੍ਹਾਂ W2 ਦਾ ਗੱਲ ਸੀ ਤੇ ਕਈ ਵੀਰ ਆਪਣਾ ਕਹਿੰਦੇ LLC ਬਣਾਈ ਆ ਜਾਂ ESCO ਆਪਰੇਸ਼ਨ ਆ ਤੇ ਉਹ ਆਪ W2 ਲੈਂਦੇ ਕੰਪਨੀ ਤੋਂ, ਪਰ ਉਹਨਾਂ ਦੇ ਟਰੱਕ ਜਿਹੜੇ ਉਹ ਜਿਹੜੇ ਲੋਡ ਲੈਂਦੇ ਕਿਸੇ ਬਾਹਰੋਂ ਲੈਂਦੇ ਆ ਜਾਂ ਆਪਣੇ ਡਿਸਪੈਚ ਲੈਂਦੇ ਆ, ਜਿਹੜੇ ਡਿਸਪੈਚ ਉਹ ਉਹਨਾਂ ਨੂੰ ਚੈੱਕ ਕੰਪਨੀ ਦੇ ਨਾਂ ਤੇ ਭੇਜਦੇ ਆ ਤੇ ਉਹ ਆਪ W2 ਕੰਪਨੀ ਤੋਂ ਲੈਂਦੇ, ਫਿਰ ਜੇ W2 ਜਿਹੜਾ ਆਪਣਾ ਡਿਸਪੈਚ ਲੈਂਦੇ ਉਹ W2 ਕੰਪਨੀ ਦੇ ਨਾਂ ਤੇ ਭੇਜੂਗਾ ਤੇ ਉਹਨੂੰ ਕੀ ਬੈਨੀਫਿਟ ਹੋਣਗੇ? ਇਹ ਮੇਰਾ ਕੁਐਸਚਨ ਹੈ, ਇਹ ਥੋੜ੍ਹਾ ਜਿਹਾ ਕਲੀਅਰ ਕਰਿਓ ਜੀ, ਧੰਨਵਾਦ ਜੀ। ਕੱਟਿਓ ਨਾ ਵੀਰ ਜੀ। ਹਾਂਜੀ, ਇਹਦੇ ਵਿੱਚ ਜਿਹੜੀ ਤੁਸੀਂ ਕੁਐਸਚਨ ਪੁੱਛਿਆ ਨਾ, ਜਿਹੜਾ W2 ਉਹ ਆਪਣੀ LLC ਤੋਂ W2 ਲੈਂਦੇ ਉਹਦਾ ਕੋਈ ਮਤਲਬ ਨਹੀਂ ਹੈ, ਇਹਦੇ ਨਾਲ ਜਿਹੜਾ ਇਹ ਲਾਅ ਪਾਸ ਹੋਇਆ ਉਹਦੇ ਨਾਲ ਕੋਈ ਉਹਦਾ ਲੈਣਾ ਦੇਣਾ ਨਹੀਂ ਹੈਗਾ। ਜਿਹੜਾ ਇਹ ਲਾਅ ਦੇ ਮੁਤਾਬਕ ਜਿਹੜਾ ਉਹ ਡਿਸਪੈਚ ਲੈਂਦੇ ਆ
ਜੇ ਉਹ ਡਿਸਪੈਚ ਲੈਂਦੇ ਆ ਸਿਰਫ ਇੱਕੋ ਕੰਪਨੀ ਦੇ ਕੋਲੋਂ, ਟਰੱਕਿੰਗ ਕੰਪਨੀ ਦੇ ਕੋਲੋਂ, ਉਹਦੇ ਨਾਲ ਹੀ ਕੰਮ ਕਰਦੇ ਆ ਔਰ ਇੱਕੋ ਟਰੱਕਿੰਗ ਕੰਪਨੀ ਕੋਲੋਂ ਡਿਸਪੈਚ ਲੈਂਦੇ ਆ, ਇਹ ਉਹਦਾ ਮਸਲਾ ਆ, ਉਹਨੂੰ W2 ਇਸ਼ੂ ਕਰਨ ਦੀ ਲੋੜ ਪੈਣੀ ਆ। ਅਕੋਰਡਿੰਗ ਟੂ ਦਾ ਲਾ ਜਿੰਨਾ ਹੁਣ ਤੱਕ ਸਮਝ ਆਇਆ ਉਹਦੇ ਲਈ ਇਹ ਆ ਕਿ ਜੇ ਉਹ ਇੱਕੋ ਟਰੱਕਿੰਗ ਕੰਪਨੀ ਕੋਲੋਂ ਪਰਮਾਨੈਂਟਲੀ ਉਹਦੇ ਨਾਲ ਹੀ ਲੋਡ ਲੈਂਦੇ ਆ, ਉਹਦੇ ਨਾਲ ਹੀ ਕੰਮ ਕਰਦੇ ਆ, ਚਾਹੇ ਉਹ ਐਲਓਸੀ ਆ, ਚਾਹੇ ਉਹ ਪਰਸਨ ਆਪਣੀ ਆ ਸੋਲ ਪ੍ਰੋਪਰਾਈਟਰ ਆ, ਕੁਛ ਵੀ ਆ, ਉੱਥੇ ਉਹ W2 ਕਿਹਾ ਗਿਆ ਹੈ। ਸੋ ਇਹ ਜਿਹੜੀ ਇਸ਼ੂ ਆ, ਇਹ 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 ਹੁਣ ਕਲੈਰਿਟੀ ਜਿਹੜੀ ਗਾਂਹ ਚੱਲ ਕੇ ਹੋਊਗੀ, ਜਿੱਦਾਂ ਜਿੱਦਾਂ ਇਹਨੂੰ ਲਾਅ ਨੂੰ ਨਜ਼ਦੀਕ ਤੋਂ ਪੜਿਆ ਜਾਊਗਾ ਜਾਂ ਲੋਇਰ ਜਿਹੜੇ ਆ ਉਹਨੂੰ ਸਟੱਡੀ ਕਰਨਗੇ ਕਿ ਇਹਨੂੰ ਐਕਚੁਲੀ ਕਿੱਦਾਂ, ਕਿਉਂਕਿ ਇਹ ਇੰਪਲੀਮੈਂਟ ਨਹੀਂ ਹੁੰਦਾ। ਇੱਕ ਕੰਪਨੀ ਦੂਜੀ ਕੰਪਨੀ ਨੂੰ W2 ਦੇਣਾ, ਇਹ ਇੰਪਲੀਮੈਂਟ ਨਹੀਂ ਹੁੰਦਾ। ਸੋ ਐਂਟੀਟੀ ਜਿਹੜੀ ਆ, ਐਂਟੀਟੀ ਜਿਹੜੀ LLC ਆ, ਉਹ ਇੱਕ ਐਂਟੀਟੀ ਆ, ਉਹਨੂੰ W2 ਇਸ਼ੂ ਕਰਨਾ ਇਜ਼ ਇਟ ਵੈਲਿਡ ਔਰ ਨਾਟ ਵੈਲਿਡ, ਉਹ ਉਹਦਾ ਸਿਚੁਏਸ਼ਨ ਹੋ ਜਾਂਦੀ ਆ। ਪਰ ਜਿਹੜਾ ਉਹਨਾਂ ਨੇ ਆਪਣੀ ਕੰਪਨੀ ਚੋਂ W2 ਲੈਣਾ ਆ, ਉਹਦਾ ਇਹਦੇ ਨਾਲ ਕੋਈ ਮਤਲਬ ਨਹੀਂ ਆ ਜੀ। ਇੱਕ ਰਮਾ ਜੀ, ਪਿਛਲੇ ਵੀਰ ਵੀ ਇੱਕ ਵੀਰ ਨੇ ਕੁਐਸਚਨ ਕੀਤਾ ਸੀ ਵੀ ਮੇ ਬੀ ਕੰਪਨੀਆਂ ਜਿਹੜੀਆਂ ਆ ਉਹ ਆਊਟਸਾਈਡ ਮੂਵ ਹੋਣੀਆਂ ਸ਼ੁਰੂ ਹੋ ਜਾਊਗੀਆਂ। ਉਹਦੇ 'ਚ ਇੱਕ ਜਗ੍ਹਾ ਮੈਂ ਪੜ੍ਹਦਾ ਸੀ, ਉਹਨੇ ਇਹ ਲਿਖਿਆ ਵੀ ਈਵਨ ਦੋ ਜਿਹੜੀ ਕੰਪਨੀ ਲਈ ਤੁਸੀਂ ਕੰਮ ਕਰਦੇ ਹੋ, ਕੰਪਨੀ ਦਾ ਮੇਨ ਆਫਿਸ ਆਊਟ ਆਫ ਕੈਲੀਫੋਰਨੀਆ ਆ, ਪਰ ਜੇ ਤੁਸੀਂ ਰਹਿੰਦੇ ਕੈਲੀਫੋਰਨੀਆ 'ਚ ਆ ਅਤੇ ਜ਼ਿਆਦਾ ਲੋਡ ਚੱਕਦੇ ਤਾਂ ਰੱਖਦੇ ਵੀ ਕੈਲੀਫੋਰਨੀਆ 'ਚ, ਤਾਂ ਤੁਹਾਡੇ 'ਤੇ AV5 ਉਹ ਲਾਗੂ ਹੋਊਗਾ। ਲਾਗੂ ਹੋਊਗਾ ਉਹ ਉਹ ਜਿਹੜੀਆਂ ਹੁਣ ਇਸੇ ਕਰਕੇ ਦੇਖੋ ਨਾ, ਜਿਹੜੀ ਜਿਹੜੀ ਕੰਪਨੀ ਸੀਗੀ ਆਪਣੀ ਸਵਿਫਟ ਜੀ, ਸਵਿਫਟ ਦਾ ਆਫਿਸ ਤਾਂ ਕੈਲੀਫੋਰਨੀਆ 'ਚ ਨਹੀਂ ਹੈਗਾ ਮੇਨ ਆਫਿਸ, ਉਹਦਾ ਮੇਨ ਆਫਿਸ ਤਾਂ ਬਾਹਰ ਆ ਜੀ, ਪਰ ਉਹਨਾਂ ਨੇ ਕੈਲੀਫੋਰਨੀਆ ਦੇ ਜਿਹੜੇ ਡਰਾਈਵਰ ਸੀ, ਜਿਹੜਾ ਉਹਨਾਂ ਦਾ ਕੈਲੀਫੋਰਨੀਆ ਨਾਲ ਲਾਸੂਟ ਹੋਇਆ ਸੀ ਆ, ਉਹਦੇ ਮੁਤਾਬਕ ਉਹਨਾਂ ਦੇ ਉੱਤੇ 100 million ਦਾ ਲਾਸੂਟ ਉਹਨੇ ਸੈਟਲ ਕੀਤਾ ਤੇ ਉਹ ਜਿਹੜਾ ਲਾਸੂਟ ਹੈਗਾ ਉਹਨੂੰ ਸੈਟਲ ਕਰਨ ਤੋਂ ਬਾਅਦ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚੋਂ ਉਹਨਾਂ ਨੂੰ ਹਾਇਰ ਕਰਨੇ ਬੰਦ ਕਰਤੇ ਜੀ। ਉਹ ਕੈਲੀਫੋਰਨੀਆ ਦੀ ਕੰਪਨੀ ਨਹੀਂ ਹੈਗੀ, ਉਹ ਬਾਹਰ ਦੀ ਕੰਪਨੀ ਆ, ਪਰ ਉੱਥੇ ਕੈਲੀਫੋਰਨੀਆ ਦਾ ਲਾਅ ਲਾਗੂ ਹੋਇਆ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕਰਮਜੀਤ ਸਿੰਘ ਜੀ, ਅਤੇ ਜੇ ਤੁਹਾਡਾ ਵੀ ਕੋਈ ਟਰੱਕਿੰਗ ਨਾਲ ਸੰਬੰਧਿਤ ਸਵਾਲ ਹੈ ਸਰੋਤੇ ਕਾਲ ਕਰ ਸਕਦੇ ਹੋ 4862724052200। ਕਰਮਜੀਤ ਜੀ ਸਵਾਗਤ ਹੈ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਤਦ ਕਦੋਂ ਬੋਲਦਾ, ਮੈਂ ਅਸੀਂ ਪੋਰਟ 'ਤੇ ਕੰਮ ਕਰਦੇ ਹਾਂ ਜੀ ਜੀ, ਅਤੇ ਅੱਜ ਪੋਰਟ ਅਸੀਂ AVORD ਯੂਜ਼ ਕਰ ਰਹੇ ਹਾਂ, ਪਰ ਪਿਛਲੇ ਵੀਕ ਤੁਸੀਂ ਦੱਸਿਆ ਸੀ ਵੀ ਜਿਹੜੀ ਆਪਾਂ 172 miles ਹੋਮ ਬੇਸ ਤੋਂ ਆਪਾਂ ਦੋਨਾਂ ਪਾਸੋਂ ਜਾ ਸਕਦੇ ਹਾਂ ਜੀ, ਉਹ 172 ਇੱਕ ਪਾਸੇ, 172 ਦੂਜੇ ਪਾਸੇ ਤਾਂ ਇੱਥੇ ਜਾ ਸਕਦੇ ਜੀ ਹੋਮ ਬੇਸ ਤੋਂ? ਨਹੀਂ ਅਜੇ ਹੋਮ ਬੇਸ ਤੋਂ ਤੁਸੀਂ 100 air mile ਆ ਅਜੇ ਤਾਂ ਜੀ। ਸੋ ਰੇਡੀਅਸ 100 air mile ਰਮਨ ਜੀ ਸੋਚੋ ਜਿਹੜਾ ਮਤਲਬ ਉਹਨੇ ਉਹਨੇ ਮੀਲ ਜਾ ਸਕਦੇ ਹੋਮ ਬੇਸ ਤੋਂ? ਹਾਂਜੀ ਰੇਡੀਅਸ ਜੀ। ਤੇ ਉਹ ਤੁਸੀਂ ਪਿਛਲੇ ਪਏ ਗਏ ਵੀ 150 ਕਰ ਦੇਣੀ ਇਹਨਾਂ ਨੇ ਥੋੜੇ ਚਿਰ ਬਾਅਦ, ਹਾਂਜੀ ਅਜੇ। ਹਾਂਜੀ ਉਹ 150 ਜਿਹੜੀ ਆ ਉਹ ਹੋਣੀ ਆ, ਪਰ ਅਜੇ ਉਹ ਅਪਰੂਵ ਨਹੀਂ ਹੋਈ, ਅਜੇ ਚਰਚਾ ਚੱਲ ਰਹੀ ਆ, ਅਜੇ ਹੋਈ ਨਹੀਂ ਆ। ਸੋ ਹਾਲ ਦੀ ਘੜੀ 100 ਦੇ ਹਿਸਾਬ ਨਾਲ ਹੀ ਠੀਕ ਆ ਜੀ। ਇੱਕ ਹੋਰ ਕੁਐਸਚਨ ਆ, ਜਿੱਦਾਂ ਜੀ ਬੈਲ ਆਫ ਲੈਂਡ ਬਣਾਉਂਦੇ ਆ, ਮਤਲਬ ਬਾਹਰਲਾ ਬਣਾਉਂਦੇ ਆ, ਜੇ ਹਾਂਜੀ ਉਹਨਾਂ ਦਾ ਹੱਲ ਤਾਂ ਇਹੋ ਹੀ ਆ ਕਿ ਤੁਹਾਡੀ ਜਿਹੜੀ ਕੰਪਨੀ ਹੈਗੀ ਆ ਉਹ ਤੁਹਾਨੂੰ ਜਿਹੜੀ ਆ ਉਹਦਾ ਵੇਟਿੰਗ ਟਾਈਮ ਜਾਂ ਕੁਛ ਨਾ ਕੁਛ ਤੁਸੀਂ ਜੇ ਨੈਗੋਸ਼ੀਏਟ ਕਰਦੇ ਆ ਆਪਣਾ ਰੇਟ ਉਹ ਉਹਦੇ ਵਿੱਚ ਇੰਕਲੂਡ ਕਰਨਾ ਪੈਣਾ ਆ, ਉਹਦੇ ਵਿੱਚ ਗਵਰਨਮੈਂਟ ਦਾ ਨਹੀਂ ਹੈਗਾ। ਠੀਕ ਹੈ ਜੀ, ਠੀਕ ਹੈ ਠੀਕ ਹੈ, ਥੈਂਕ ਯੂ ਜੀ। ਬਿਲਕੁਲ ਰਮਨ ਜੀ, ਇਹ ਵੱਡਾ ਇਸ਼ੂ ਬਣਿਆ ਸੀ ਪਿਛਲੀ ਵਾਰੀ LA ਏਅਰਪੋਰਟਸ ਦਾ ਵੀ ਇਹੀ ਸੀ ਨਾ, ਲੋਕ ਵੇਟ ਕਰਦੇ ਰਹਿੰਦੇ ਸੀ ਕਿੰਨੇ ਕਿੰਨੇ ਘੰਟੇ, ਅਤੇ ਉਹ ਕਹਿੰਦੇ ਵੀ ਸਾਨੂੰ ਜਿਹੜੇ ਡਰਾਈਵਰ ਆ ਐਂਡ ਵਿੱਚ ਕੁਛ ਵੀ ਨਹੀਂ ਬਚਦਾ, ਇਹ ਬਹੁਤ ਵੱਡਾ ਲਾਸੂਟ ਹੋਇਆ ਸੀ। ਜ਼ਰੂਰ ਜ਼ਰੂਰ ਜੀ, ਇਹ ਹੁਣ ਆਪਾਂ ਜਿਹੜਾ ਟਰੱਕ ਸ਼ੋਅ ਲੈ ਕੇ ਆ ਰਹੇ ਹਾਂ, ਟਰੱਕ ਸ਼ੋਅ 'ਤੇ ਆਪਣੀ ਕੰਪਨੀਆਂ ਆ ਰਹੀਆਂ ਪੋਰਟ ਵਾਲੀਆਂ ਐਸੀਆਂ ਵੀ ਜਿੱਥੇ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਹੈਗੀ, ਸੋ ਜ਼ਰੂਰ ਪਹੁੰਚੋ ਉੱਥੇ ਵੀ। ਮਤਲਬ ਕਿ ਅਸੀਂ ਟੈਕਨੋਲੋਜੀ ਦੇ ਨਾਲ ਰਿਲੇਟਡ ਕੰਪਨੀਜ਼ ਲੈ ਕੇ ਆ ਰਹੇ ਹਾਂ ਜਿਹੜੀਆਂ ਕਿ ਇਸ ਮੁੱਦੇ ਨੂੰ, ਇਸ ਚੀਜ਼ ਨੂੰ ਮਤਲਬ ਸਿਰੇ ਤੋਂ ਖਾਰਜ ਕਰਨਗੀਆਂ, ਸੋ ਵੇਟ ਕਰਨ ਦੀ ਲੋੜ ਨਹੀਂ ਪਊਗੀ ਜੀ। 5-6 October ਨੂੰ ਹੈਗਾ ਜੀ ਇਹਨਾਂ ਦਾ ਟਰੱਕਿੰਗ ਸ਼ੋਅ ਕੈਲ ਐਕਸਪੋ ਸੈਕਰਾਮੈਂਟੋ ਦੇ ਵਿੱਚ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਨਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਅ ਜੀ, ਮੈਂ ਇੱਕ ਤਾਂ ਮੈਂ ਦੱਸਣ ਲੱਗਾ, ਜਿਹੜਾ 150 ਮੀਲ ਵਾਲਾ ਕਹਿ ਰਹੇ ਸੀ, ਮੈਂ JB Hunt 'ਚ ਕੰਮ ਕਰਦਾ ਜੀ, ਲੋਕਲ ਸਲਾਕਨ 'ਚ,
ਸਾਡੀ ਕੰਪਨੀ ਨੇ ਲਾਗੂ ਕਰਤਾ 150 ਵਾਲਾ ਨਵਾਂ ਕੰਟਰੈਕਟ ਅਸੀਂ ਸਾਈਨ ਕਰਤਾ ਪਿਛਲੇ ਮਹੀਨੇ ਅਗਸਤ ਵਿੱਚ ਉਹਨਾਂ ਨੇ ਕਰਾ ਲਏ ਸਾਡੇ ਕੋਲ ਸਾਈਨ 150 ਮਾਈਲ ਉਹਨਾਂ ਨੇ ਲਾਗੂ ਕਰ ਦਿੱਤਾ ਤੇ ਦੂਸਰਾ ਮੈਂ ਇਹ ਪੁੱਛਣਾ ਸੀ ਭਾਈ ਜਿੱਦਾਂ ਸਾਡਾ ਅਰਥਮ ਸਾਸ ਚ ਬੇਸ ਆ ਇਹ ਕੰਪਨੀ ਦਾ ਲਾਇਸੈਂਸ ਪਲੇਟਾਂ ਵੀ ਬਾਹਰ ਦੀਆਂ ਪਰ ਕੰਮ ਅਸੀਂ ਲੋਕਲ ਕਰਦੇ ਇੱਥੇ ਰੇਲ ਦਾ ਤੇ ਇਹ ਜਿਹੜਾ WG2 ਜਾਂ 1099 ਵਾਲਾ ਇਹ ਕਾਨੂੰਨ ਸਾਡੇ ਤੇ ਵੀ ਲਾਗੂ ਹੋਊਗਾ ਤੁਹਾਨੂੰ ਤੇ ਇਹਨਾਂ ਨੇ ਕੁਛ ਕਿਹਾ ਨੀ ਓਦਾਂ ਵੀ ਤੁਸੀਂ ਕੋਈ ਜੀ ਥੈਂਕ ਯੂ ਜੀ ਮਿਹਰਬਾਨੀ ਜੀ ਜੀ ਅਗਲੇ ਕਾਲਰ ਨੇ ਦਰਸ਼ਨ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਭਾਜੀ ਮੈਂ ਸਵਾਲ ਇਹ ਕਰਨਾ ਸੀ ਵੀ ਡੈਫ ਬਾਰੇ ਕੀ ਹੋ ਰਿਹਾ ਅਗਲੀ ਆ ਜਨਵਰੀ ਤੋਂ ਕਹਿੰਦੇ ਸੀ ਨਾ 2020 ਦੇ ਵਿੱਚ ਵੀ ਜੇ ਡੈਫ ਟਰੱਕ ਜੋ ਮੂਵ ਹੋਇਆ ਚਾਹੇ ਜੋ ਵੀ ਉਹਦੇ ਬਾਰੇ ਕੀ ਮਾੜਾ ਦੱਸੋਗੇ ਵੀ ਕਿੱਦਾਂ ਵੀ ਰਜਿਸਟਰੇਸ਼ਨ ਵਗੈਰਾ ਹੋ ਸਕਦੀ ਆ ਚਾਹੇ ਨਹੀਂ ਗਏ ਉੱਥੇ ਆਡੀਓ ਵਿੱਚ ਕਿੱਦਾਂ ਪਲੀਜ਼ ਭਾਜੀ ਸੁਣ ਸੁਣ ਹਾਂਜੀ ਡੈਫ ਜਿਹੜਾ ਆ ਜੀ ਉਹ ਕਿਤੇ ਨਹੀਂ ਜਾ ਰਿਹਾ ਕੋਈ ਰਿਮੂਵ ਨਹੀਂ ਹੋ ਰਿਹਾ ਅਜੇ ਤੱਕ ਕੋਈ ਐਸੀ ਸਿਚੁਏਸ਼ਨ ਨਹੀਂ ਆਇਆ ਸੀ ਕੋਈ ਲਾਅ ਜਾਂ ਐਸਾ ਕੋਈ ਚੀਜ਼ ਸਾਹਮਣੇ ਨਹੀਂ ਆਈ ਜਿਹਦੇ 'ਚ ਕਿ ਡੈਫ ਰਿਮੂਵ ਹੋ ਰਿਹਾ ਬਟ ਜਿਹੜੀ ਇਸ ਵੇਲੇ ਕਾਰ ਦਾ ਜਿਹੜਾ ਸਿਚੁਏਸ਼ਨ ਹੈਗੀ ਆ ਉਹ ਇਹ ਚੱਲ ਰਹੀ ਆ ਕਿ ਕਾਰ ਜਿਹੜੀ ਆ ਉਹ ਯਾਰਡ ਟੂ ਯਾਰਡ ਮੂਵ ਕਰ ਰਹੀ ਆ ਜਾ ਰਹੀ ਆ ਸੋ ਜਿਹੜੇ ਵੀ ਟਰੱਕ ਬਾਈਪਾਸ ਹੋਏ ਆ ਜਾਂ ਬਾਈਪਾਸ ਕੀਤੇ ਗਏ ਨੇ ਉਹਨਾਂ ਨੂੰ ਉਹ ਇਸ ਵੇਲੇ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਮੈਨੂੰ ਦੋ ਤਿੰਨ ਯਾਰਡ ਤੋਂ ਵੀ ਪਤਾ ਲੱਗਾ ਤੇ ਦੋ ਤਿੰਨ ਜਗ੍ਹਾ ਤੋਂ ਪਤਾ ਲੱਗਾ ਕਿ ਇਹ ਜਿਹੜੇ ਇਸ ਵੇਲੇ ਆ ਕਾਰ ਵਾਲੇ ਆ ਦੇ ਆਰ ਗੋਇੰਗ ਯਾਰਡ ਟੂ ਯਾਰਡ ਜੀ 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 ਸੋ ਬਿਲਕੁਲ ਸਰੋਤਿਆਂ ਨੂੰ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ ਜਿੰਨਿਆਂ ਦੇ ਵੀ ਕੁਐਸਚਨ ਆ ਪਲੀਜ਼ ਕਾਲ ਕਰ ਲਓ ਕਿਉਂਕਿ ਫਿਰ ਜਦੋਂ ਸਾਡਾ ਪ੍ਰੋਗਰਾਮ ਖਤਮ ਹੋਣ ਵਾਲਾ ਹੁੰਦਾ ਫਿਰ ਬਹੁਤ ਕਾਲਜ਼ ਹੁੰਦੀਆਂ ਆਪਾਂ ਫਿਰ ਉਸ ਟਾਈਮ 'ਤੇ ਸਾਨੂੰ ਕੱਟ ਕਰਨੀਆਂ ਪੈਂਦੀਆਂ ਸਾਡਾ ਟੈਲੀਫੋਨ ਨੰਬਰ ਹੈਗਾ 408-272-5200 ਜੀ 408-272-5200 ਅਤੇ ਆਪਣੇ ਫੇਸਬੁੱਕ ਦੇ ਉੱਤੇ ਜਿਹੜੇ ਕਈ ਜਣੇ ਊਬਰ ਅਤੇ ਲਿਫਟ ਡਰਾਈਵਰਸ ਦੇ ਬਾਰੇ ਵੀ ਪੁੱਛ ਰਹੇ ਆ ਬਿਲਕੁਲ ਉਹਨਾਂ ਦੇ ਉੱਤੇ ਵੀ ਜਿਹੜਾ ਇਸ AB5 ਬਿੱਲ ਦਾ ਜਿਹੜਾ ਅਸਰ ਪੈਣਾ ਆ ਕਿਤੇ ਨਾ ਕਿਤੇ ਉਹਨਾਂ ਨੂੰ ਦੇਖਦੇ ਹੋਏ ਹੀ ਇਹ ਕਾਨੂੰਨ ਜਿਹੜਾ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਧਿਆ ਆ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਆ ਰੌਲਾ ਸ਼ੁਰੂ ਤੋਂ ਹੀ ਜਿਹੜਾ ਪਾਇਆ ਹੋਇਆ ਸੀਗਾ ਵੀ ਉਹਨਾਂ ਨੂੰ ਐਜ਼ ਏ ਇੰਪਲੋਈ ਜਿਹੜਾ ਆ ਉਹ ਕਿਉਂ ਨਹੀਂ ਜਿਹੜਾ ਉਹ ਦੇਖਿਆ ਜਾ ਰਿਹਾ ਵੀ ਜਦਕਿ ਸਾਰੀ ਦਿਹਾੜੀ ਤਾਂ ਅਸੀਂ ਉਹਨਾਂ ਦੇ ਲਈ ਇੱਕ ਹਿਸਾਬ ਦੇ ਨਾਲ ਕਹਿੰਦੇ ਲੋਕ ਕੰਮ ਕਰ ਰਹੇ ਹਾਂ ਦੋਨੋਂ ਪਾਸੇ ਦੇ ਲੋਕ ਉਸ ਦੇ ਵਿੱਚ ਜਿਹੜੇ ਉਹ ਹੈਗੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਆ ਇਹ ਵਾਲੇ ਲੋਕਾਂ ਦੀ ਜਿਹੜੀ ਲੌਬੀ ਥੋੜ੍ਹੀ ਜ਼ਿਆਦਾ ਜਿਹੜੀ ਉਹ ਸਟਰੋਂਗ ਸੀਗੀ ਜਿਸ ਕਰਕੇ ਇਹ ਵਾਲੇ ਬਿੱਲ ਦੇ ਲਿਆਉਣ ਦੇ ਵਿੱਚ ਉਸ ਨੂੰ ਪਾਸ ਕਰਾਉਣ 'ਚ ਕਾਮਯਾਬ ਰਹੇ ਨੇ ਇਹਦੇ ਵਿੱਚ ਰਾਜ ਊਬਰ ਨੇ ਇਹਨੂੰ ਕੰਪਲਾਈ ਨਾ ਕਰਨ ਦਾ ਉਹਨਾਂ ਨੇ ਐਲਾਨ ਕਰਤਾ ਕਿ ਅਸੀਂ ਇਹਨਾਂ ਕੰਪਲਾਈ ਨਹੀਂ ਕਰਨਾ ਸੋ ਸਨੀ ਗਰੇਵਾਲ ਸਾਹਿਬ ਉਹਨਾਂ ਨੇ ਵੀ ਦੱਸਿਆ ਵੀ ਕਹਿੰਦੇ ਵੀ ਕਈ ਡਰਾਈ ਜਾਂਦੇ ਆ ਜਿਹੜੇ ਖਾਸ ਕਰਕੇ ਡਿਸਪੈਚਰਸ ਆ ਤੁਸੀਂ ਦੱਸੋ ਵੀ ਹੁਣ ਤੁਸੀਂ ਸ਼ਾਰਟ ਟਰਮ ਸੋਚਣਾ ਜਾਂ ਲੌਂਗ ਟਰਮ ਸੋਚਣਾ ਜਦੋਂ ਰਿਟਾਇਰ ਹੋਣਾ ਜੇ ਤੁਹਾਡੇ ਕੁਆਟਰ ਨਹੀਂ 40 ਬਣੇ ਤੁਹਾਡਾ ਜਿਹੜਾ ਟੈਕਸ ਨਹੀਂ ਗਿਆ ਤੇ ਤੁਹਾਨੂੰ ਜਿਹੜੀ ਸੋਸ਼ਲ ਸਿਕਿਉਰਿਟੀ ਲੱਗਣੀ ਉਹ ਕਿੰਨੀ ਕੁ ਲੱਗੂਗੀ ਜਦੋਂ ਰਿਟਾਇਰ ਹੋਏ ਜੇ ਫਿਰ ਉਹ 250-300 ਲੱਗਿਆ ਉਹਦਾ ਫਾਇਦਾ ਕੀ ਹੋਊਗਾ ਹਨਾ ਸੋ WG2 ਦੇ ਬਹੁਤ ਫਾਇਦੇ ਆ ਇੱਕ ਤਾਂ ਤੁਹਾਡਾ ਟੈਕਸ ਕੱਟ ਹੋਣਾ ਉਹ ਜਿਹੜਾ ਲੇਟਰ ਔਨ ਸਾਰਾ ਤੁਹਾਨੂੰ ਫਾਇਦਾ ਹੋਣਾ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਫਾਇਦਾ ਹੋਣਾ ਕਿਉਂਕਿ ਜਿਹੜੇ ਹੁਣ ਬਜ਼ੁਰਗ ਆਪਣੇ ਸੋਸ਼ਲ ਸਿਕਿਉਰਿਟੀ ਲੈ ਰਹੇ ਆ ਨਾ ਅੱਜ ਤੋਂ 10-15 ਸਾਲ ਪਹਿਲਾਂ ਜਿਨ੍ਹਾਂ ਨੇ ਕੰਮ ਕੀਤਾ ਜਾਂ ਆਪਾਂ ਪੇ ਕਰ ਰਹੇ ਹਾਂ ਹੁਣ ਆਪਾਂ ਕੰਮ ਕਰ ਰਹੇ ਉਹਨਾਂ ਨੂੰ ਪੇ ਕਰ ਰਹੇ ਹਾਂ ਜਦੋਂ ਅਸੀਂ ਰਿਟਾਇਰ ਹੋਣਾ ਆ ਤਾਂ ਸਾਡੇ ਜਿਹੜੇ ਬੱਚੇ ਉਹ ਪੇ ਕਰੂਗੇ ਦੂਜਾ ਸਭ ਤੋਂ ਜਿਹੜਾ ਫਾਇਦਾ WG2 ਦਾ ਤੁਹਾਡੀ ਵਰਕਰਸ ਕੌਮ ਹੁੰਦੀ ਹੈਗੀ ਆ ਕੱਲ੍ਹ ਨੂੰ ਕਿਸੇ ਦੇ ਸੱਟ ਲੱਗ ਜਾਂਦੀ ਆ ਕਿਸੇ ਦੀ ਅਨਫੋਰਚੁਨੇਟਲੀ ਡੈਥ ਹੋ ਜਾਂਦੀ ਆ ਅਤੇ ਤੁਸੀਂ $1 million ਤੱਕ ਕਵਰਡ ਹੈਗੇ ਆ ਇਹ ਤੁਹਾਨੂੰ ਦੱਸਦਾ ਨਹੀਂ ਕੋਈ ਵੀ ਹੈਗਾ ਕਈ ਵਾਰੀ ਦੇਖਿਆ ਆਪਾਂ ਡਰਾਈਵਰ ਵੀਰਾਂ ਦੇ ਸੱਟ ਲੱਗ ਜਾਂਦੀ ਫਿਰ ਉਹ ਵਿਹਲੇ ਬੈਠੇ ਰਹਿੰਦੇ 4-4-5-5 ਮਹੀਨੇ ਅਤੇ ਜੇ ਤੁਹਾਡੀ WG2 ਹੋਊਗੀ ਵਰਕਰਸ ਕੌਮ ਹੋਊਗੀ ਤਾਂ ਤੁਹਾਨੂੰ ਜਿੰਨੀ ਤੁਹਾਡੀ ਪੇਰੋਲ ਆ ਉਹ ਮਿਲਣੀ ਆ 100% ਤੁਹਾਡੀ ਹੈਲਥ ਇੰਸ਼ੋਰੈਂਸ ਹੋਊਗੀ ਸੋ ਇਹਦੇ 'ਚ ਬੈਨੀਫਿਟ ਹੀ ਹੈ ਕੋਈ ਨੁਕਸਾਨ ਨਹੀਂ ਹੈਗਾ ਜਦ ਨਾਲੇ ਇਹ ਵੀ ਹੈ ਨਾ ਵੀ ਅੱਧਾ ਟੈਕਸ ਤੁਹਾਡਾ ਇੰਪਲੋਇਰ ਨੂੰ ਭਰਨਾ ਪੈਣਾ ਜਿਹੜਾ ਉਹ ਨਾਲ ਦੇ ਨਾਲ ਉਹਨਾਂ ਨੇ ਵੀ ਫੈਡਰਲ ਟੈਕਸ ਜਿਹੜਾ ਆ ਉਹ ਉਹਨਾਂ ਨੂੰ ਇੰਪਲੋਈ ਦਾ ਜਿਹੜਾ ਉਹ ਭਰਨਾ ਪੈਣਾ ਸੋ ਕਈ ਵਾਰੀ ਬੰਦਾ ਸੋਚਦਾ ਵੀ ਨਹੀਂ ਨਹੀਂ ਓਵਰਆਲ ਜਿਹੜਾ ਮੈਨੂੰ ਜਿਹੜਾ ਉਹ ਘੱਟ ਜਿਹੜਾ ਉਹ ਦੇਣਾ ਪੈਣਾ ਆ ਪਰ ਹਰ
ਹਰ ਇੱਕ ਨੂੰ ਦੇਖਣਾ ਪੈਣਾ ਵੀ ਕਿਹੜੇ ਪਾਸੇ ਜਿਹੜੇ ਆ ਉਹਨੂੰ ਜਿਹੜਾ ਚੀਜ਼ ਦਾ ਵਿੱਚ ਫਾਇਦਾ ਹੈ। ਹੋਰ ਮੇਨ ਕੀ ਹੁੰਦਾ ਕਈ ਵਾਰ ਰਮਨ ਜੀ ਕੀ ਹੁੰਦਾ ਵੀ ਜਦੋਂ ਆਪਾਂ ਹੁਣ ਸਾਰਿਆਂ ਨੇ ਪਤਾ ਵੀ ਪ੍ਰੋਪਰਟੀ ਖਰੀਦਣੀ ਕਿਸੇ ਨੇ ਘਰ ਖਰੀਦਣੇ ਆ, ਕੀ ਕਰਦੇ ਆ ਫਿਰ ਜਦੋਂ ਘਰ ਖਰੀਦਣਾ ਫਿਰ ਉਹ 2 ਸਾਲ ਜ਼ਿਆਦਾ ਟੈਕਸ ਭਰਦੇ ਫੇਰ ਘਟਾਉਣ ਲੱਗ ਪੈਂਦੇ ਆ, ਅਤੇ ਜਦੋਂ ਕਿਤੇ IRS ਨੇ ਆਡਿਟ ਕੀਤਾ ਨਾ ਫਿਰ ਤੁਹਾਨੂੰ ਪਤਾ ਲੱਗਣਾ ਆ ਵੀ ਦੇਖੋ ਜੀ ਆਪਾਂ ਤੁਹਾਡੀ ਇੱਕਦਮ ਇਨਕਮ ਵੱਧ ਗਈ ਫੇਰ ਘੱਟ ਗਈ, ਕੀ ਹੋਇਆ ਹੈ ਨਾ। ਮੈਂ ਤੇ ਇੱਕ ਗੱਲ ਜਿਹੜੀ ਆ ਇੱਥੇ ਅੱਜ ਮੈਂ ਬੜੀ ਕੱਲ ਮੈਂ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਸੀਗਾ ਤੇ ਅਸੀਂ ਉੱਥੇ ਬੈਠੇ ਡਿਸਕਸ਼ਨ ਹੋ ਰਹੀ ਸੀ ਉਹਨਾਂ ਦੇ ਨਾਲ ਤੇ ਟਰੱਕਿੰਗ ਕੰਪਨੀ ਨੇ ਖੁਲਾਸਾ ਕੀਤਾ ਵੀ ਅਸੀਂ ਇੱਕ ਬੁੱਕ ਕੀਪਰ ਦੇ ਕੋਲੋਂ ਆਪਣਾ ਟੈਕਸ ਭਰਵਾਉਂਦੇ ਸੀ ਜੀ, ਠੀਕ ਹੈ ਜੀ, ਤੇ ਉਹ ਬੁੱਕ ਕੀਪਰ ਜਿਹੜਾ ਸੀਗਾ ਉਸ ਬੁੱਕ ਕੀਪਰ ਨੇ ਉਹਨਾਂ ਦਾ ਜਿਹੜਾ ਉਹਨਾਂ ਦੇ ਕੋਲ 20-25-30 ਜੋ ਜਿੰਨੇ ਵੀ ਟਰੱਕ ਸੀਗੇ ਉਹਨਾਂ ਦੇ ਟਰੱਕਾਂ ਦਾ ਲੋਨ ਜਿਹੜਾ ਉਹ ਵਿੱਚ ਟੈਕਸ ਰਿਟਰਨ ਦੇ ਵਿੱਚ ਸ਼ੋਅ ਹੀ ਨਹੀਂ ਹੁੰਦਾ ਕਿਤੇ ਵੀ ਜੀ, ਮਤਲਬ ਕਿ ਉਹ ਟਰੱਕ ਕੈਸ਼ ਹੀ ਲਏ ਇੱਕ ਹਿਸਾਬ ਨਾਲ ਉਹਨਾਂ ਨੇ ਜੀ। ਸੋ ਉਹ ਉਹ ਇੱਕ ਸਿਆਣੇ CPA ਕੋ ਗਏ, ਉਹਨੇ ਉਹਨਾਂ ਦਾ ਦੇਖਿਆ ਤੇ ਉਹ ਮਤਲਬ ਕਿ ਉਹ ਕਹਿੰਦਾ ਵੀ ਮੈਂ ਹੈਰਾਨ ਆ ਤੁਹਾਡਾ ਵੀ ਤੁਹਾਡਾ ਤੁਸੀਂ ਬਚ ਕਿੱਦਾਂ ਗਏ ਆ, ਬਈ ਜਿੱਡਾ ਵੱਡਾ ਬਲੰਡਰ ਉਹਨੇ ਵਿੱਚ ਕੀਤਾ ਆ ਤੁਸੀਂ ਬਈ ਸਮਝ। ਸੋ ਇਹ ਇੱਕ ਮੈਂ ਤਾਂ ਇੱਕ ਚੀਜ਼ ਕਹੂੰਗਾ ਕਿ ਤੁਸੀਂ ਪਹਿਲਾਂ ਜਿਹੜੀਆਂ ਜਿਹੜੀਆਂ ਕੰਪਨੀਆਂ ਦੇ 4 ਟਰੱਕ ਚੱਲਦੇ ਆ ਸੋਹਣਾ ਕੰਮ ਚੱਲਦਾ ਮਾੜਾ ਮੋਟਾ ਵੀ ਚੱਲਦਾ ਨਾ, ਐਟਲੀਸਟ ਸਿਆਣੇ CPA ਨੂੰ ਹਾਇਰ ਕਰੋ, ਠੀਕ ਆ ਜੀ। ਬੁੱਕਕੀਪਰ ਇਜ਼ ਗੁੱਡ, ਬੁੱਕਕੀਪਰ ਇਜ਼ ਗੁੱਡ, ਮੈਂ ਬੁੱਕਕੀਪਰ ਬਾਰੇ ਮਾੜੀ ਗੱਲ ਨਹੀਂ ਕਹਿੰਦਾ, ਪਰ ਜਿਹੜਾ CPA ਆ ਉਹਨੂੰ ਟੈਕਨੀਕਸ ਪਤਾ ਆ, ਉਹਨੂੰ ਪਤਾ ਆ ਕਿ ਉਹਨੇ ਕਿੱਦਾਂ ਟੈਕਸ ਬਣਾਉਣਾ ਆ, ਉਹਨੂੰ ਪਤਾ ਆ ਕਿ ਉਹਨੇ ਕਿਵੇਂ ਤੁਹਾਡੇ ਟੈਕਸ ਨੂੰ ਫਾਈਲ ਕਰਨਾ ਹੈ, ਕਿਹੜੀਆਂ ਕਿਹੜੀਆਂ ਡਿਡਕਸ਼ਨ ਤੁਹਾਨੂੰ ਕੁਆਲੀਫਾਈ ਕਰਦੀਆਂ, ਤੇ ਜੇ ਤੁਸੀਂ ਈਅਰਲੀ CPA ਨੂੰ ਹਾਇਰ ਕਰਕੇ ਰੱਖਦੇ ਆ ਉਹ CPA ਤੁਹਾਨੂੰ ਘੱਟੋ ਘੱਟ 6 ਮਹੀਨੇ ਜਦੋਂ ਲੰਘ ਜਾਂਦੇ ਤੁਹਾਡੇ ਸਾਲ ਦੇ ਉਦੋਂ ਤੁਹਾਨੂੰ ਨੋਟੀਫਾਈ ਕਰਨਾ ਸ਼ੁਰੂ ਕਰ ਦਿੰਦਾ ਔਰ ਕਰਨਾ ਚਾਹੀਦਾ ਉਹਨੂੰ CPA ਨੂੰ ਕਿ ਆਹ ਸਾਲ ਦੇ ਵਿੱਚ ਤੁਹਾਡੀ ਇਨਕਮ ਵੱਧ ਰਹੀ ਆ ਘੱਟ ਰਹੀ ਆ, ਤੁਹਾਨੂੰ ਕੀ ਸਟੈਪ ਲੈਣੇ ਚਾਹੀਦੇ ਆ ਤਾਂ ਕਿ ਈਅਰ ਐਂਡ ਤੋਂ ਪਹਿਲਾਂ ਆਪਾਂ ਸੈਟਲ ਹੋ ਜਾਈਏ, ਆਪਾਂ ਈਅਰ ਐਂਡ ਤੋਂ ਪਹਿਲਾਂ ਆਪਣਾ ਜਿਹੜੀ ਆ ਟੈਕਸ ਦਾ ਇਹਦਾ ਸਾਰਾ ਕੁਛ ਜਿਹੜਾ ਇਕੱਠਾ ਕਰ ਲਈਏ। ਸੋ ਇਹ ਇਹ ਮੇਰੇ ਖਿਆਲ ਦੇ ਵਿੱਚ ਜਿਹੜੀ ਇਨਵੈਸਟਮੈਂਟ ਆ ਇੱਕ ਚੰਗੇ CPA ਦੇ ਵਿੱਚ ਇਨਵੈਸਟਮੈਂਟ ਕਰਨੀ, ਚੰਗਾ ਜਿਹੜਾ ਤੁਹਾਡਾ ਅਕਾਊਂਟੈਂਟ ਹੈਗਾ ਉਹਦੇ ਵਿੱਚ ਇੱਕ ਇਨਵੈਸਟਮੈਂਟ ਕਰਨੀ, ਇਹ ਬਹੁਤ ਵੱਡੀ ਗੱਲ ਹੈ ਇਸ ਵੇਲੇ ਔਰ ਤੁਹਾਨੂੰ ਬਹੁਤ ਜ਼ਿਆਦੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦੀਆਂ ਗੱਲਾਂ ਜਿਹੜੀਆਂ ਉਹ ਤੁਹਾਡਾ CPA ਜਿਹੜਾ ਉਹ ਦੱਸਦਾ ਆ, ਜਿਹੜੀਆਂ ਕਿ ਨੋਰਮਲ ਜਿਹੜਾ ਬੁੱਕਕੀਪਰ ਹੁੰਦਾ ਆ ਉਹ ਨਹੀਂ ਦੱਸ ਸਕਦਾ ਕਿਉਂਕਿ ਉਹਦੀ ਕੁਆਲੀਫਿਕੇਸ਼ਨ ਲੈਵਲ ਉੱਥੇ ਤੱਕ ਹੁੰਦਾ ਨਹੀਂ ਹੁੰਦਾ ਜੀ। ਬਿਲਕੁਲ, ਸਾਡੇ ਕੋਲ ਕੱਲ੍ਹ ਜੁੜੇ ਹੋਏ ਆ ਜੀ। ਅਗਲੇ ਕਾਲਰ ਨੇ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰਦਾਰ ਹਰਜੋਤ ਸਿੰਘ ਖਾਲਸਾ ਜੀ ਤੇ ਸਰਦਾਰ ਰਾਜਕਰਮਵੀਰ ਜੀ ਤੇ ਸਰਦਾਰ ਰਮਨਜੀਤ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ। ਅੱਛਾ ਜੀ, ਪਹਿਲੀ ਤਾਂ ਗੱਲ ਇਹ ਆ ਵੀ ਬਾਈ ਜੀ ਨੇ ਕਿਹਾ ਸੀ ਵੀ ਉਹ ਜਿਹੜਾ ਵੇਟਿੰਗ ਟਾਈਮ ਆ ਉਹ ਮਿਲੂਗਾ ਹੈ ਨਾ, ਤੇ ਜਿਹੜੇ ਡਰਾਈਵਰ ਘੰਟਿਆਂ ਤੇ ਵੀ ਕੰਮ ਕਰਦੇ ਜਾਂ ਵੈਸੇ ਕਰਦੇ ਆਪਣਾ ਉਹ ਉੱਥੇ ਜਾ ਕੇ ਖੜ ਜਾਂਦੇ ਦੋ ਦੋ ਤਿੰਨ ਤਿੰਨ ਘੰਟੇ ਪਾਸੇ ਲਾ ਕੇ ਜਾਣ ਕੇ ਖੜੇ ਰਹਿੰਦੇ ਤੇ ਆਖਦੇ ਜੀ ਇੰਨਾ ਟਾਈਮ ਲੱਗ ਗਿਆ ਸਾਨੂੰ, ਉਹਨਾਂ ਦਾ ਇਲਾਜ ਕੀ ਹੋਊ ਜੀ? ਮੇਰਾ ਤਾਂ ਇੰਨਾ ਹੀ ਸਵਾਲ ਸੀਗਾ ਜੀ। ਥੈਂਕ ਯੂ ਜੀ। ਓਕੇ ਜੀ, ਕੱਟੋ ਜਣਾ ਜੀ। ਬਿਲਕੁਲ, ਦੋਨੋਂ ਪਾਸੇ ਮਿਸਯੂਜ਼ ਮਾੜਾ ਹੈ। ਇਹੋਈ ਦੇਖੋ ਇਹੋਈ ਚੀਜ਼ ਸੀਗੀ ਜਦੋਂ ਅਸੀਂ ਲਾਸਟ ਆਪਣੀ ਬੇਰੀਏ ਦੀ ਮੀਟਿੰਗ ਕੀਤੀ ਸੀ ਉਦੋਂ ਇਹੋ ਗੱਲ ਹੋਈ ਸੀ ਕਿ ਪਹਿਲਾਂ ਇੱਥੇ ਬੇਰੀਏ ਦੇ ਵਿੱਚ ਅੱਜ ਤੋਂ 10-15 ਸਾਲ ਪਹਿਲਾਂ ਇਹ ਆਵਰਲੀ ਬੇਸ ਪੇ ਹੁੰਦਾ ਸੀਗਾ ਜੀ, ਤੇ ਆਵਰਲੀ ਬੇਸ ਪੇ ਹੁੰਦਾ ਸੀਗਾ। ਤੁਸੀਂ ਤਾਂ ਇਹ ਕਹਿੰਦੇ ਪਾਸੇ ਲਾਏ ਖੜ ਜਾਂਦੇ ਆ, ਉਹ ਕਹਿੰਦੇ ਵੀ ਜਦੋਂ ਆਵਰਲੀ ਪੇ ਹੁੰਦਾ ਸੀ ਅਸੀਂ ਲੋੜ ਚੱਕ ਕੇ ਮੁੜ ਕੇ ਤਾਸ਼ ਦੀਆਂ 2 ਬਾਜੀਆਂ ਲਾ ਕੇ ਆਰਾਮ ਦੇ ਨਾਲ ਚਾਹ ਪਾਣੀ ਪੀ ਕੇ ਘਰੋਂ ਦਹੋ ਕੇ ਫਿਰ ਚਾਹੀਦਾ ਸੀ ਜੀ, ਕਿਉਂਕਿ ਆਵਰਲੀ ਪੇ ਹੁੰਦਾ ਸੀਗਾ। ਉਹਨੂੰ ਮਿਸਯੂਜ਼ ਕੀਤਾ ਤੇ ਅਸੀਂ ਇੰਡੀਪੈਂਡੈਂਟ ਕੰਟਰੈਕਟਰ ਚ ਚਲੇ ਗਏ, ਠੀਕ ਆ। ਹੁਣ ਇੰਡੀਪੈਂਡੈਂਟ ਕੰਟਰੈਕਟਰ ਚਲੇ ਗਏ, ਉੱਥੇ ਫਿਰ ਅਸੀਂ ਮਿਸਯੂਜ਼ ਕਰਨਾ ਸ਼ੁਰੂ ਕਰਤਾ ਪੂਰਾ ਰੱਜ ਕੇ, ਉੱਥੇ ਫਿਰ ਮਿਸਯੂਜ਼ ਕੀਤਾ, ਹੁਣ ਅਸੀਂ ਵਾਪਸ ਗਏ ਆਵਰਲੀ ਚਾਹ ਚੱਲਦੇ ਹਾਂ, ਠੀਕ ਹੈ ਨਾ। ਇਹ 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 ਜਦੋਂ ਕੋਈ ਹਾਲਾਤ ਨੂੰ ਜਾਂ ਚੀਜ਼ਾਂ ਨੂੰ ਏਦਾਂ ਮਿਸਯੂਜ਼ ਹੁੰਦੇ ਆ ਉਦੋਂ ਹੀ ਇਹ ਸਾਰੇ ਜਿਹੜੇ ਆ ਰੱਪੜੇ ਪੈਂਦੇ ਆ, ਉਦੋਂ ਹੀ ਸਾਰਾ ਕੁਛ ਹੁੰਦਾ ਆ। ਤੇ ਇਹ ਤਾਂ ਦੇਖੋ ਜੀ, ਇਹ ਤਾਂ ਜਿਹੜੀ ਕੰਪਨੀ ਹੁਣ ਉੱਥੇ ਉਹਨੂੰ ਵਾਚ ਕਰਦੀ ਉਸ ਡਰਾਈਵਰ ਨੂੰ, ਇਹ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਆ ਨਾ, ਉਹ ਦੇਖੇ ਵੀ ਉਹ ਡਰਾਈਵਰ, ਕਿਉਂਕਿ ਅੱਜ ਕੱਲ੍ਹ ਤਾਂ ਸਾਰੇ ਟਰੈਕਿੰਗ ਡਿਵਾਈਸ ਲੱਗ ਗਏ, ELD ਲੱਗ ਗਈਆਂ, ਪਤਾ ਆ ਬੰਦਾ ਕਿਹੜੀ ਥਾਂ ਤੇ ਬੈਠਾ, ਕਿੱਥੇ ਬੈਠਾ ਆ, ਕਿੰਨਾ ਚਿਰ ਵੇਟ ਕੀਤੀ ਆ। ਅੱਜ ਦੀ ਤਰੀਕ ਦੇ ਵਿੱਚ ਤਾਂ ਕੋਈ ਏਦਾਂ ਦਾ ਕੰਮ ਨਹੀਂ ਰਹਿ ਗਿਆ ਵੀ ਜਿਹਦੇ ਵਿੱਚ ਬੰਦਾ ਟਰੈਕ ਨਾ ਹੋ ਸਕੇ ਜਾਂ ਉਹਨੂੰ ਦੇਖਿਆ ਨਾ ਜਾ ਸਕੇ। ਅੱਜ ਕੱਲ੍ਹ ਤਾਂ ਡੈਸ਼ ਕੈਮ ਆ ਗਏ ਆ, ਸਾਰਾ ਕੁਛ ਆ ਗਿਆ। ਸੋ ਆਈ ਡੋਂਟ ਥਿੰਕ ਸੋ ਕਿ ਇਹ ਸਿਚੁਏਸ਼ਨ ਜਿਹੜੀ ਗਾਂ ਰਹਿ ਜਾਣੀ ਹੈ, ਗਾਂ ਜੇ ਏਦਾਂ ਦੀਆਂ ਗੱਲਾਂ ਹੈਗੀਆਂ ਤਾਂ ਡੈਫੀਨੇਟਲੀ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਇਸ ਵੇਲੇ ELD ਤੇ ਡੈਸ਼ ਕੈਮ ਤੇ ਉਹ ਸਾਰੀ ਚੀਜ਼ ਇਨਵੈਸਟ ਕਰ ਰਹੀਆਂ ਤਾਂ ਕਿ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕੇ ਜੀ।
ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਪਰਮਜੀਤ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਦਾ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਦਮਨ ਜੀ ਨੇ ਅੱਗੇ ਨਾ ਵੀਕ ਦੇ ਵਿੱਚ ਆਖਿਆ ਸੀਗਾ ਵੀ ELD ਜਿਹੜੀ 34 ਆਵਰ ਬ੍ਰੇਕ ਆ ਉਹ ਖਤਮ ਨਹੀਂ ਹੋਈ। ਡਿਪੈਂਡ ਆ ਵੀ ਤੁਸੀਂ ਆਵਰ ਕਿੰਨੇ ਯੂਜ਼ ਕੀਤੇ ਆ। ਜੇ ਤੁਸੀਂ ਆਵਰਸ ਆਪਣੇ ਪੂਰੇ ਨਹੀਂ ਯੂਜ਼ ਕੀਤਾ ਤੁਸੀਂ ਕੰਟੀਨਿਊ ਕਰ ਸਕਦੇ ਹੋ। ਜੇ ਤੁਸੀਂ ਫਰਜ਼ੀ ਤੌਰ ਤੇ 8 ਆਵਰ ਤੋਂ ਘੱਟ ਤੁਸੀਂ ਹਰ ਰੋਜ਼ ਕੰਮ ਕਰਦੇ ਹੋ ਤੁਸੀਂ ਕੰਟੀਨਿਊ ਪੂਰਾ ਮਹੀਨਾ ਚਲਾ ਸਕਦੇ ਹੋ, ਤੁਹਾਨੂੰ 34 ਆਵਰਸ ਬ੍ਰੇਕ ਦੀ ਕੋਈ ਲੋੜ ਨਹੀਂ। ਜੇ ਤੁਸੀਂ ਆਵਰ ਲੈ ਲੈਣੇ ਉਹ ਆਲਵੇਜ਼ ਉਦਾਂ ਹੀ ਸੀ, ਉਹ ਕਦੀ ਵੀ ਨਹੀਂ, ਉਹ ਕਦੀ ਵੀ ਨਹੀਂ ਨਾ ਲਾਗੂ, ਉਹ ਆਲਵੇਜ਼ ਦੇਅਰ। ਮੈਂ ਇਹ ਨਹੀਂ ਕਿਹਾ ਵੀ ਉਹ ਖਤਮ ਹੋ ਗਿਆ। ਜਿਹੜੀ ਜਿਹੜੀ ਪਿਛਲੀ ਵਾਰੀ ਨਿਊਜ਼ ਸੀਗੀ, ਜਿਹੜੀ ਨਿਊਜ਼ ਸੀ ਉਹ ਇਹ ਸੀ ਵੀ 34 ਆਵਰ ਬਿਲਕੁਲ ਹੀ ਖਤਮ ਕਰਤੇ ਆ, ਵੀ ਕੋਈ ਲੋੜ ਹੀ ਨਹੀਂ 34 ਆਵਰ ਕਰਨ ਦੀ, ਉਹਦੀ ਗੱਲ ਸੀ। ਸਹੀ ਆ। ਤੇ ਬਾਕੀ ਤੁਹਾਨੂੰ ਇੱਕ ਲਾਵਾ 391.5K ਉਹਦਾ ਪਤਾ ਕੁਛ ਤੁਹਾਨੂੰ ਵੀ ਉਹ ਕੀ ਆ ਕੀ ਨਹੀਂ? ਮੈਂ ਪਤਾ ਕਰਕੇ ਦੱਸ ਸਕਦਾ ਜੀ, ਹੁਣ ਇੱਦਾਂ ਤਾਂ ਨਹੀਂ ਮੈਨੂੰ ਸਾਰੇ ਦਾ ਪਤਾ। ਤੇ ਮੈਂ ਕੰਮ ਕਰਦਾ ਜਾਣੀ ਕਿ ਇੱਥੇ ਲੋਕਲ, ਤੇ ਮੈਨੂੰ ਉਹ ਪ੍ਰੋਡਿਊਸਰ ਵਾਲਾ ਗੋਰਾ ਮਿਲਿਆ, ਉਹਨੇ ਮੈਨੂੰ ਕਿਹਾ ਵੀ ਜਦੋਂ ਮੈਂ ਸਲੀਨਸ ਦੇ ਏਰੀਆ 'ਚ ਜਾਂਦਾ ਵਾਂ ਮੈਂ ਆਪਣਾ ਲੋਡ 2-3 ਥਾਵਾਂ ਤੋਂ ਚੱਕਦਾ ਵਾਂ, ਤੇ ਮੈਂ ਉਹ 'ਚ ਆਪਣਾ ਜਿਹੜਾ ਲੋਗ ਬੁੱਕ ਆ ਉਹਨੂੰ ਜਦ ਚਲਾਉਂਦਾ ਵਾਂ ਉਹ 'ਚ ਲਿਖ ਦਿੰਦਾ ਕਮੈਂਟ ਦੇ ਵਿੱਚ FMSCSA ਲਾ ਬਲਾ 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 391.5K ਅੰਡਰ। ਮਤਲਬ ਕੀ ਆ ਕਿ ਤੁਸੀਂ ਨਾਨ ਪ੍ਰੋਸੈਸਡ ਐਗਰੀਕਲਚਰ ਪ੍ਰੋਡਕਟ, ਪਹਿਲਾਂ ਤਾਂ ਇਹ ਚੀਜ਼ ਜਿਹੜੀ ਹੈ ਜਾਣਨੀ ਜ਼ਰੂਰੀ ਆ। ਨਾਨ ਪ੍ਰੋਸੈਸ ਜੇ ਕੋਈ ਵੀ ਤੁਸੀਂ ਪ੍ਰੋਡਕਟ ਚੱਕਣ ਗਏ ਆ ਜਿਹੜਾ ਪ੍ਰੋਸੈਸ ਕਰਤਾ, ਜਿਹੜਾ ਕੱਟ ਕੇ ਲਫਾਫੇ 'ਚ ਪਾਤਾ ਜਾਂ ਕੱਟ ਲੱਗ ਗਿਆ ਉਹਨੂੰ ਜਾਂ ਉਹਨੂੰ ਰੈਡੀ ਟੂ ਈਟ ਕਰਤਾ ਜਾਂ ਕੁਛ ਵੀ ਕਰਤਾ, ਉਹ ਇਹਦੇ ਵਿੱਚ ਨਹੀਂ ਆਉਂਦਾ। ਸੋ ਕੋਈ ਵੀ ਐਸਾ ਜਿਹੜਾ ਪ੍ਰੋਡਕਟ ਆ ਜਿਹੜਾ ਨਾਨ ਪ੍ਰੋਸੈਸਡ ਆ, ਤੁਸੀਂ ਤੁਹਾਡੇ ਸਾਰੇ ਟਰੱਕ ਦੇ ਵਿੱਚ ਜੇ 24 ਪੈਲਟ ਲੱਦੇ ਆ, 24 ਦੇ ਵਿੱਚੋਂ 23 ਨਾਨ ਪ੍ਰੋਸੈਸ ਆ, ਇੱਕ ਪ੍ਰੋਸੈਸ ਹੈਗਾ ਤੁਹਾਨੂੰ ਐਗਜ਼ੰਪਸ਼ਨ ਨਹੀਂ ਮਿਲਣੀ। ਸੋ ਉਹ ਐਗਜ਼ੰਪਸ਼ਨ ਹੈਗੀ ਆ ਕਿ ਮੰਨ ਲਓ ਤੁਸੀਂ ਸਟਾਕਟਨ ਤੋਂ ਚੱਲ ਰਹੇ ਆ, ਤੁਹਾਡਾ 172 ਮਾਈਲ ਰੇਡੀਅਸ ਤੁਸੀਂ ਸਲੀਨਸ ਗਏ ਆ, ਤੁਸੀਂ ਸਲੀਨਸ ਇੱਥੋਂ ਜਦੋਂ ਸਟਾਕਟਨ ਤੋਂ ਤੁਰੇ ਆ ਤੁਹਾਡੀ ਲੋਗ ਬੁੱਕ ਇੱਥੋਂ ਹੀ ਬੰਦ ਆ। ਤੁਸੀਂ ਉਹ ਜੇ ਐਗਜ਼ੰਪਸ਼ਨ ਲਈ ਆ ਤੁਹਾਡੀ ਲੋਗ ਬੁੱਕ ਇੱਥੋਂ ਬੰਦ ਆ, ਤੁਸੀਂ ਆਪਣਾ ਸਲੀਨਸ ਗਏ, ਸਲੀਨਸ ਜਾ ਕੇ ਤੁਸੀਂ ਜਿੰਨੀਆਂ ਪਿਕਅਪ ਕਰਨੀਆਂ ਕਰੋ ਕਰਕੇ, ਜਦੋਂ ਤੁਸੀਂ 172 ਮਾਈਲ ਰੇਡੀਅਸ ਤੋਂ ਬਾਹਰ ਨਿਕਲੇ ਉਦੋਂ ਤੁਹਾਡੀ ਲੋਗ ਬੁੱਕ ਜਾ ਕੇ ਚੱਲਣੀ ਆ। ਇਹ ਐਗਰੀਕਲਚਰ ਐਗਜ਼ੰਪਸ਼ਨ ਹੈਗੀ ਆ, ਪਰ ਇਹਦੇ ਵਿੱਚ ਪ੍ਰੋਬਲਮ ਇਹ ਆਉਂਦੀ ਆ ਕਿ ਜਿਹੜੀ ਆਪਣੀ ਆਪਾਂ ਪ੍ਰੋਡਿਊਸ ਚੱਕਦੇ ਹਾਂ ਉਹਦੇ ਵਿੱਚ ਕਿਹੜਾ ਪ੍ਰੋਡਿਊਸ ਜਿਹੜਾ ਹੈਗਾ ਉਹ ਪ੍ਰੋਸੈਸਡ ਹੈਗਾ ਤੇ ਕਿਹੜਾ ਨਾਨ ਪ੍ਰੋਸੈਸਡ ਹੈਗਾ, ਇਹਦੇ ਵਿੱਚ ਡਿਫਰੈਂਸ਼ੀਏਟ ਕਰਨਾ ਜਿਹੜਾ ਜ਼ਰੂਰੀ ਆ। ਹਰ ਇੱਕ ਪ੍ਰੋਡਿਊਸ ਇਹਦੇ ਵਿੱਚ ਇੰਕਲੂਡਿਡ ਨਹੀਂ ਹੈਗਾ। ਸੋ ਇਹ ਐਕਚੁਅਲ ਦੇ ਵਿੱਚ ਇਹ ਜਿਹੜੀ ਐਗਜ਼ੰਪਸ਼ਨ ਹੈਗੀ ਆ, ਐਗਰੀਕਲਚਰ ਐਗਜ਼ੰਪਸ਼ਨ ਆ, ਇਹ ਬਣਾਈ ਗਈ ਸੀ ਜਿਹੜੇ ਲੋਕੀ ਫਾਰਮ ਦੇ ਵਿੱਚ ਟਰੱਕ ਜਿਹੜੇ ਉੱਥੋਂ ਪ੍ਰੋਡਿਊਸ ਚੱਕਦੇ ਆ ਫਾਰਮ ਦੇ ਵਿੱਚੋਂ ਤੋੜ ਕੇ ਤੇ ਉਹ ਪੈਕਿੰਗ ਹਾਊਸ ਤੱਕ ਆਉਂਦਾ ਆ, ਤੇ ਕਈ ਪੈਕਿੰਗ ਹਾਊਸ ਤੋਂ ਉਦਾਂ ਹੀ ਫਰੂਟ ਚੱਕ ਕੇ ਤੇ ਉਹ ਆਪਣੀ ਡਿਸਟ੍ਰੀਬਿਊਸ਼ਨ ਪੁਆਇੰਟ ਤੱਕ ਲੈ ਕੇ ਜਾਂਦੇ ਆ, ਇਹ ਉਹਨਾਂ ਦੇ ਲਈ ਐਗਜ਼ੰਪਸ਼ਨ ਸੀਗੀ। ਇਸ ਕਰਕੇ ਇਹਦੇ ਵਿੱਚ ਨਾਨ ਪ੍ਰੋਸੈਸਡ ਪ੍ਰੋਡਿਊਸ ਕਿਹਾ ਗਿਆ ਆ, ਜਿਹੜਾ ਪ੍ਰੋਸੈਸਡ ਫੂਡ ਪ੍ਰੋਡਿਊਸ ਹੈਗਾ ਉਹ ਇਹਦੇ ਵਿੱਚ ਇੰਕਲੂਡ ਨਹੀਂ ਆਉਂਦਾ। ਜੀ ਜੀ, ਥੈਂਕ ਯੂ ਤੁਹਾਡਾ ਜਿਹੜਾ ਕਾਲ ਕਰਨ ਦੀ। ਅਤੇ ਪਰਮਜੀਤ ਜੀ, ਇੱਕ ਜਿਹੜਾ ਜ਼ਰੂਰ ਦੱਸਿਓ ਜਿਹੜਾ 391K ਕਿਹੜੇ ਲਾ ਦੇ ਅਧੀਨ, ਕਿਉਂਕਿ ਇੱਦਾਂ ਦੇ ਕਈ ਸਬ ਸੈਕਸ਼ਨ ਹੋਣੇ ਆ, ਕਿਹੜੇ ਵਾਲੇ ਦੇ ਤੁਸੀਂ ਅਧੀਨ ਇਸ ਚੀਜ਼ ਨੂੰ ਜਿਹੜਾ ਪੁੱਛ ਰਹੇ ਹੋ? ਨਿਊਯਾਰਕ ਦਾ ਵੱਖਰਾ ਹੁੰਦਾ, ਕੈਲੀਫੋਰਨੀਆ ਦਾ ਵੱਖਰਾ ਹੁੰਦਾ, ਤੁਸੀਂ ਕਿਹੜੇ ਵਾਲਾ ਇਹ ਪੁੱਛ ਰਹੇ ਹੋ? ਭਾਜੀ ਇਹਦੇ 'ਚ ਹੀ ਆ ਜਾਣਾ ਕਿੰਨਾ, ਜਦੋਂ ਤੁਸੀਂ ਭਰੋਗੇ ਨਾ ਨੈੱਟ ਦੇ ਵਿੱਚ FMCSA 391.K, ਇਹਦੇ ਵਿੱਚ ਫਰੈਸ਼ ਪ੍ਰੋਡਿਊਸ ਤੇ ਲਾਈਵ ਸਟਾਕ ਦੋ ਚੀਜ਼ਾਂ ਹੁੰਦੀਆਂ। ਬਸ ਫਿਰ ਉਹੀ ਵਾਲਾ ਜਿਹੜਾ ਹੁਣੇ ਤੁਹਾਨੂੰ ਸਮਝਾ ਕੇ ਹਟਿਆ। ਠੀਕ ਹੈ, ਥੈਂਕ ਯੂ ਜੀ, ਮਿਹਰਬਾਨੀ ਜੀ। ਜੀ ਵੈਲਕਮ, ਬਾਏ ਜੀ। ਤੇ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਇੱਦਾਂ ਹੀ ਜਿਹੜਾ ਪ੍ਰੋਗਰਾਮ ਆ ਉਹ ਚੱਲਦਾ ਰਹੇਗਾ। ਕਾਲ ਕਰ ਸਕਦੇ ਹੋ, ਨੰਬਰ ਹੈਗਾ 468-272-5200। ਅਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ KOBU ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM।
ਵਿਰਸਾ ਕੈਪੀਟਲ। ਤੁਸੀਂ ਕੋਈ ਵੀ ਟਰੱਕ, ਡਰਾਈ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 8448477222 8448477222 ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 8448477222 8448477222 ਮੈਂ ਕਿਹਾ ਜੀ ਬੜੇ ਖੁਸ਼ ਹਾਂ ਉਹ ਖੁਸ਼ ਕਿਉਂ ਨਾ ਹੋਵਾਂ ਸੋਹਣੀਏ ਟਰੱਕ ਐਕਸ ਵਾਲਿਆਂ ਨੇ ਤਾਂ ਕਮਾਲ ਹੀ ਕਰਤੀ ਇੰਨੀ ਵਧੀਆ ਤੇ ਸਿੰਪਲ ਇਲੈਕਟ੍ਰੋਨਿਕ ਲੌਗ ਬੁੱਕ ਬਣਾਈ ਆ ਏ ਬੋਰਡ ਤੇ ELD ਜਿਹਨੇ ਕਦੀ ਸਮਾਰਟਫੋਨ ਆਈਫੋਨ ਤੇ ਟੈਬਲੇਟ ਨਹੀਂ ਚਲਾਈ ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ ਤੇ ਸਭ ਤੋਂ ਵੱਡੀ ਗੱਲ ਇਹਨਾਂ ਦੀ 24/7 ਸਪੋਰਟ ਜਦੋਂ ਮਰਜ਼ੀ ਕਾਲ ਕਰੋ ਉਸੇ ਟਾਈਮ ਹੀ ਪ੍ਰੋਬਲਮ ਹੱਲ ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 650-600-0008 ਸੰਦਲੀ ਪੈੜਾ ਕਰਕੇ ਪੰਜਾਬੀ ਕਲਚਰਲ ਸੈਂਟਰ USA ਅਤੇ ਪੰਜਾਬੀ ਰੇਡੀਓ USA ਪੇਸ਼ ਕਰਦੇ ਹਨ ਬੀਬੀਆਂ ਭੈਣਾਂ ਅਤੇ ਪੰਜਾਬਣਾਂ ਦਾ ਖਾਸ ਪ੍ਰੋਗਰਾਮ ਸੰਧਲੀ ਪੈੜਾ 29 ਸਤੰਬਰ ਦਿਨ ਐਤਵਾਰ ਨੂੰ ਦੁਪਹਿਰੇ 2 ਵਜੇ ਤੋਂ ਦੇਰ ਸ਼ਾਮ ਤੱਕ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਦੇ ਵਿਹੜੇ ਦੇ ਵਿੱਚ ਜਿਹਦੇ ਵਿੱਚ ਹਰ ਉਮਰ ਦੀਆਂ ਪੰਜਾਬਣਾਂ ਭਾਗ ਲੈ ਸਕਦੀਆਂ ਹਨ ਲੋਰੀਆਂ ਸੁਹਾਗ ਸਿੱਠਣੀਆਂ ਵਿਆਹ ਦੇ ਗੀਤ ਅਤੇ ਇਸ ਤੋਂ ਇਲਾਵਾ ਹੋਏਗਾ ਰਵਾਇਤੀ ਗਿੱਧਾ ਗੀਤ ਸੰਗੀਤ ਅਤੇ ਪੀਂਘਾਂ ਝੂਟਣ ਦੇ ਨਾਲ ਨਾਲ ਬਾਗ ਫੁਲਕਾਰੀਆਂ ਦਰੀਆਂ ਚਾਦਰਾਂ ਸਰਾਣੇ ਖੇਸ ਖੇਸੀਆਂ ਪੱਖੀਆਂ ਝੋਲਿਆਂ ਦੀ ਨੁਮਾਇਸ਼ ਲੱਗੇਗੀ ਅਤੇ ਰਵਾਇਤੀ ਖੇਡ ਗੀਟੇ ਖੇਡੇ ਜਾਣਗੇ ਬੀਬੀਆਂ ਲਈ ਪੀਂਘਾਂ ਅਤੇ ਬੱਚਿਆਂ ਦੇ ਮਨੋਰੰਜਨ ਦਾ ਖਾਸ ਪ੍ਰਬੰਧ ਹੋਵੇਗਾ ਅਤੇ ਖੂਬਸੂਰਤ ਸੂਟ ਅਤੇ ਪੰਜਾਬੀ ਗਹਿਣਿਆਂ ਦੇ ਲੱਗਣਗੇ ਸਟਾਲ ਲਾਜਵਾਬ ਜ਼ਾਇਕੇਦਾਰ ਪੰਜਾਬੀ ਖਾਣਾ ਕਰੀ ਹਾਊਸ ਫ੍ਰੈਜ਼ਨੋ ਵੱਲੋਂ ਹੋਵੇਗਾ ਇਸ ਪ੍ਰੋਗਰਾਮ ਦੀ ਕੋਈ ਵੀ ਰਜਿਸਟ੍ਰੇਸ਼ਨ ਜਾਂ ਦਾਖਲਾ ਫੀਸ ਨਹੀਂ ਹੋਵੇਗੀ ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408-722-7798 408-722-7698 ਤੁਹਾਨੂੰ ਸਾਰਿਆਂ ਨੂੰ ਸੰਧਲੀ ਪੈੜਾਂ ਵਿਗ਼ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਘਰ ਦੀ ਚਾਟੀ ਦੀ ਲੱਸੀ ਦਾ ਸਵਾਦ ਸਾਰੇ ਹੀ ਸਟੋਰਾਂ ਤੋਂ ਖਰੀਦ ਸਕਦੇ ਹੋ ਵੇਰਕਾ ਲੱਸੀ ਅਤੇ ਤੁਸੀਂ ਲੈ ਸਕਦੇ ਹੋ ਲੂਣ ਵਾਲੀ ਲੱਸੀ ਮਿੱਠੀ ਲੱਸੀ ਤੇ ਮੈਂਗੋ ਲੱਸੀ ਤੇ ਵੇਰਕਾ ਦੀ ਹਰ ਇੱਕ ਫਲੇਵਰ ਦੀ ਲੱਸੀ ਵਿੱਚ ਮੌਜੂਦ ਹੈ ਪ੍ਰੋਬਾਇਓਟਿਕਸ ਜੋ ਤੁਹਾਡੀ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ਛੋਟੀ ਤੋਂ ਵੱਡੀ ਹਰ ਇੱਕ ਪੈਕਿੰਗ ਦੇ ਵਿੱਚ ਮੌਜੂਦ ਵੇਰਕਾ ਲੱਸੀ ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408-292-0500 408-292-0500 ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ ਚੁੱਕਾ ਆ ਦਿਲ ਕਰਦਾ ਕੋਈ ਹੋਰ ਕੰਮ ਸ਼ੁਰੂ ਕਰ ਦਵਾਂ ਕਈ ਵਾਰ ਤੇ ਇਦਾਂ ਲੱਗਦਾ ਟਰੱਕ ਚਲਾ ਕੇ ਕਮਾ ਕਮਾ ਕੇ ਕਿਸੇ ਹੋਰ ਨੂੰ ਦੇਈ ਜਾਂਦਾ ਆ ਮਹੀਨੇ ਦੇ ਅਖੀਰ ਤਾਂ ਕੁਛ ਬਚਦਾ ਹੀ ਨਹੀਂ ਜੀ ਕੱਲ ਪ੍ਰੀਤੋਂ ਮਿਲੀ ਸੀ ਉਹਦੇ ਘਰ ਵਾਲੇ ਨੇ ਅਵਲ ਵਾਲਿਆਂ ਤੋਂ ਬਿਜ਼ਨਸ ਚਲਾਉਣ ਦੀ ਟ੍ਰੇਨਿੰਗ ਲਈ ਆ ਤੁਸੀਂ ਕਿਉਂ ਨਹੀਂ ਅਵਲ ਵਾਲਿਆਂ ਨਾਲ ਗੱਲ ਕਰ ਲੈਂਦੇ ਅਵਲ ਕੰਸਲਟਿੰਗ ਟੀਮ ਲੈ ਕੇ ਆਏ ਹਨ ਟਰੱਕਿੰਗ ਨਾਲ ਜੁੜੇ ਹੋਏ ਢੇਰ ਸਾਰੇ ਕੋਰਸ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਫਿਰ ਆਪਣੀ ਟਰੱਕਿੰਗ ਕੰਪਨੀ ਖੋਲ ਸਕਦੇ ਹੋ ਅਵਲ ਵਾਲਿਆਂ ਤੋਂ ਤੁਸੀਂ ਲੈ ਸਕਦੇ ਹੋ ਡਿਸਪੈਚ ਕੋਰਸ ਦੀਆਂ ਕਲਾਸਿਸ ਅਤੇ ਇਹਨਾਂ ਤੋਂ ਤੁਸੀਂ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਪਰਮਿਟ ਵੀ ਲੈ ਸਕਦੇ ਹੋ ਅਤੇ ਇਹਨਾਂ ਦੇ ਸੋਫਟਵੇਅਰ ਅਵਲ ਐਕਸਪ੍ਰੈਸ ਅਤੇ AFM ਤੁਹਾਨੂੰ ਟਰੱਕਿੰਗ ਕੰਪਨੀ ਵਿੱਚ ਵਧਣ ਦੇ ਲਈ ਮਦਦ ਕਰ ਸਕਦੇ ਹਨ ਅਵਲ ਕੰਸਲਟਿੰਗ ਟੀਮ 2520 ਵੈਂਚਰ ਓਕ ਵੇ ਸਵੀਟ 245 ਸੈਕਰਾਮੈਂਟੋ ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-573-4205 916-573-4205 ਅਵਲ ਟੈਕਨੋਲੋਜੀ ਦੇ ਦੁਆਰਾ ਸਪਤੰਬਰ 23-24-25-26 ਨੂੰ ਸੈਕਰਾਮੈਂਟੋ ਆਫਿਸ ਦੇ ਵਿੱਚ ਦੁਪਹਿਰ 2-7 ਵਜੇ ਤੱਕ ਕਲਾਸਿਸ ਲੱਗਣਗੀਆਂ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਕੇ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮੈਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਤੇ ਰਮਨ ਜੀ ਆਇਆਂ ਨੂੰ ਸਵਾਗਤ ਹੈ
ਜੀ ਸਤਿ ਸ਼੍ਰੀ ਅਕਾਲ ਜੀ ਤੇ ਥੋੜ੍ਹੀ ਜਿਹੀ ਨਾ ਸਾਡੇ ਫੋਨ ਲਾਈਨਸ ਦੇ ਵਿੱਚ ਥੋੜ੍ਹੀ ਦਿੱਕਤ ਜਿਹੜੀ ਆ ਰਹੀ ਆ ਸ਼ਾਇਦ ਹੋਰ ਕਾਲਸ ਜਿਹੜੀਆਂ ਉਹ ਨਾ ਲੈ ਹੋ ਸਕਣ ਤੇ ਪਰ ਜਿਹੜੀ ਆਪਾਂ ਅਗਲੀ ਜਿਹੜੀ ਰਮਨ ਜੀ ਇਸ ਦੇ ਨਾਲ ਹੀ ਸੰਬੰਧਿਤ ਜਿਹੜੀ ਗੱਲ ਜੇ ਆਪਾਂ ਕਰਦੇ ਜਾਈਏ ਤਾਂ ਐਫ ਐਮ ਸੀ ਐਸ ਏ ਨੇ ਆਵਰ ਆਫ ਸਰਵਿਸ ਦੇ ਉੱਤੇ ਵੀ ਜਿਹੜੀ ਇਨਪੁੱਟ ਆ ਉਹ ਲੈ ਰਹੇ ਨੇ ਉਸ ਦੇ ਉੱਤੇ ਵੀ ਥੋੜ੍ਹਾ ਕੁਛ ਕਹਿ ਰਹੇ ਨੇ ਵੀ ਤੁਹਾਡੀਆਂ ਜਿਹੜੀਆਂ ਅਸੀਂ ਸੁਣਾਂਗੇ ਜੀ ਬਿਲਕੁਲ ਜਿਹੜੀ ਆਵਰਸ ਆਫ ਸਰਵਿਸ ਦਾ ਜਿਹੜਾ ਹੁਣ ਚੇਂਜਸ ਜਿਹੜੀਆਂ ਇਸ ਵੇਲੇ ਆਪਾਂ ਕਾਮੈਂਟ ਪੀਰੀਅਡ ਚੱਲ ਰਿਹਾ ਹੈਗਾ ਤੇ ਉਹਦੇ ਵਿੱਚ ਜਿਹੜੀ ਆ ਡੀ ਓ ਟੀ ਨੇ ਆਪਣੇ ਹੈੱਡਕੁਆਰਟਰਸ ਵਾਸ਼ਿੰਗਟਨ ਡੀ ਸੀ ਦੇ ਵਿੱਚ ਸਪਤੰਬਰ 17 ਨੂੰ ਜਿਹੜੀ ਇੱਕ ਹੀਅਰਿੰਗ ਸੈਸ਼ਨ ਰੱਖਿਆ ਸੀਗਾ ਜਾਂ ਲਿਸਨਿੰਗ ਸੈਸ਼ਨ ਰੱਖਿਆ ਸੀਗਾ ਔਰ ਲਿਸਨਿੰਗ ਸੈਸ਼ਨ ਦੇ ਵਿੱਚ ਉਹਨਾਂ ਨੇ ਕਾਫ਼ੀ ਜਿਹੜੀਆਂ ਉੱਥੇ ਗੱਲਾਂ ਬਾਤਾਂ ਹੁੰਦੀਆਂ ਜਾਂ ਕਾਫ਼ੀ ਜਿਹੜੇ ਡਰਾਈਵਰਸ ਆਏ ਕੰਪਨੀਜ਼ ਉੱਥੇ ਕਈ ਜਿਹੜੇ ਸੇਫਟੀ ਐਡਵੋਕੇਟਸ ਵੀ ਆਏ ਜਿਹਨਾਂ ਨੇ ਆਣ ਕੇ ਇਹ ਕਿਹਾ ਕਿ ਜਿਹੜੀ 10 ਘੰਟੇ ਤੋਂ ਘੱਟ ਸਲੀਪ ਆ ਉਹ ਜਿਹੜੀ ਆ ਉਹਦੇ ਨਾਲ ਜਿਹੜਾ ਡਰਾਈਵਰ ਆ ਉਹ ਫਟੀਕ ਹੋਊਗਾ ਉਹਨੂੰ ਅਜੇ ਵੀ ਥੱਕਿਆ ਹੋਊਗਾ ਅਸੀਂ ਉਹਨੂੰ ਸੈੱਟ ਕਰ ਦਿੰਦੇ ਹਾਂ ਤੇ ਉਹ ਉਹਦੇ ਨਾਲ ਐਕਸੀਡੈਂਟ ਵਧਣ ਦਾ ਖਤਰਾ ਹੈਗਾ ਸੋ ਇਹ ਚੀਜ਼ਾਂ ਮੈਂ ਸਾਰੇ ਸੁਣਨ ਵਾਲਿਆਂ ਨੂੰ ਇੱਕ ਇਹਦੀ ਇੰਪੋਰਟੈਂਸ ਦੱਸਣੀ ਚਾਹੁੰਦਾ ਜਿਹੜੀ ਆਪਾਂ ਕਮੈਂਟ ਆਪਾਂ ਕਹਿੰਦੇ ਹਾਂ ਨਾ ਕਰਨ ਨੂੰ ਸਾਰਿਆਂ ਨੂੰ ਜੇ ਤੁਸੀਂ ਉੱਥੇ ਇੱਕ ਕਮੈਂਟ ਕਰਦੇ ਆ ਨਾ ਤਾਂ ਤੁਹਾਡੇ ਖਿਲਾਫ 10 ਕਮੈਂਟ ਵੀ ਜਾ ਸਕਦੇ ਆ ਸੋ ਇਹ ਜਿਹੜਾ ਬੜਾ ਇੰਪੋਰਟੈਂਟ ਹੈਗਾ ਇਸ ਵੇਲੇ ਜਿਹਦੇ ਵਿੱਚ ਕਿ ਕਈ ਡਰਾਈਵਰ ਨੇ ਇਹ ਵੀ ਆਣ ਕੇ ਉੱਥੇ ਬਿਆਨ ਦਿੱਤਾ ਆ ਹੋ ਸਕਦਾ ਸਾਨੂੰ ਕੱਲ ਨੂੰ ਜਿਹੜੀਆਂ ਕੰਪਨੀਆਂ ਆ ਉਹ ਸਾਡਾ ਨਜਾਇਜ਼ ਫਾਇਦਾ ਚੱਕਣ ਜਦੋਂ ਸਾਡੇ ਕੋਲ 2 ਘੰਟੇ ਆਫ ਕਰਨ ਨੂੰ ਆ 3 ਘੰਟੇ ਅਸੀਂ ਆਫ ਕਰ ਸਕਦੇ ਹਾਂ 7 ਘੰਟੇ ਤੋਂ ਬਾਅਦ ਕੁਛ ਕਰ ਸਕਦੇ ਸਾਨੂੰ ਸੋ ਉਹ ਜਿਹੜੀ ਸਿਚੁਏਸ਼ਨ ਹੈਗੀ ਆ ਉਹਦੇ ਵਿੱਚ ਕਈ ਡਰਾਈਵਰਾਂ ਨੇ ਬਿਆਨ ਦਿੱਤੇ ਆ ਕਿ ਸਾਨੂੰ ਖਤਰਾ ਆ ਕਿ ਸਾਡੀ ਜਿਹੜੀਆਂ ਕੰਪਨੀਜ਼ ਹੈਗੀਆਂ ਤੇ ਮਾਈਟ ਬੀ ਮਿਸਯੂਜ਼ਿੰਗ ਦਿਸ ਐਗਜ਼ੈਂਪਸ਼ਨ ਜਿਹੜੀਆਂ ਦੇਣ ਜਾ ਰਹੇ ਆ ਐਫ ਐਮ ਸੀ ਐਸ ਤੇ ਤੇ ਉਹਦੇ ਵਿੱਚ ਮਤਲਬ ਕਿ ਹਰ ਤਰ੍ਹਾਂ ਦਾ ਬੰਦਾ ਉੱਥੇ ਆਇਆ ਤੇ ਟੋਟਲ ਅਜੇ ਤੱਕ ਜਿਹੜਾ ਮੇਰੇ ਖਿਆਲ ਆਪਣੇ ਜਿਹੜੇ ਹੈਗੇ ਆ ਕਮੈਂਟਸ ਹੈਗੇ ਕੋਈ 1100 ਦੇ ਕਰੀਬ ਕਮੈਂਟਸ ਆਏ ਹੈਗੇ ਆ ਇਹਦੇ ਵਿੱਚ ਤੇ ਇਹਨੂੰ ਕਿਤੇ ਨਾ ਕਿਤੇ ਜਿਹੜਾ ਕਮੈਂਟ ਪੀਰੀਅਡ ਹੈਗਾ ਉਹਨੂੰ ਥੋੜ੍ਹਾ ਜਿਹਾ ਵਧਾਉਣ ਦੀ ਵੀ ਰਿਕੁਐਸਟ ਆਈ ਹੈ ਕਿ ਇਹਨੂੰ ਥੋੜ੍ਹਾ ਜਿਹਾ ਹੋਰ ਵਧਾਇਆ ਜਾਵੇ ਤਾਂ ਕਿ ਲੋਕਾਂ ਨੂੰ ਹੋਰ ਸਮਝਾਇਆ ਜਾਵੇ ਤੇ ਉਹਨਾਂ ਦਾ ਹੋਰ ਵਿਚਾਰ ਜਿਹੜੇ ਉਹ ਟੋਟਲੀ ਸੁਣੇ ਜਾਣ ਕਿਉਂਕਿ ਜਿਹੜੀਆਂ ਇਹ ਚੇਂਜਸ ਆਉਣੀਆਂ ਆ ਬਹੁਤ ਵੱਡੀਆਂ ਚੇਂਜਸ ਆ ਇਹ ਕੋਈ ਛੋਟੀ ਮੋਟੀ ਚੇਂਜਸ ਨਹੀਂ ਹੈਗੀਆਂ ਇਹਨਾਂ ਦੇ ਨਾਲ ਜਿਹੜੀ ਆਵਰਸ ਆਫ ਸਰਵਿਸ ਦੀ ਰੂਪ ਰੇਖਾ ਹੀ ਬਦਲ ਜਾਣੀ ਆ ਔਰ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹ ਚੇਂਜਸ ਆ ਰਹੀਆਂ ਇਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਜਿਹੜੇ ਲੂਪ ਹੋਲ ਆ ਉਹ ਖੋਲਣ ਜਾ ਰਹੇ ਹਾਂ ਇਸ ਚੀਜ਼ ਨੂੰ ਉਹ ਮਤਲਬ ਕਿ ਦੇਖਿਆ ਜਾ ਰਿਹਾ ਕਿ ਇਸ ਚੀਜ਼ ਨੂੰ ਕੀ ਇਹ ਕਰਨਾ ਜ਼ਰੂਰੀ ਹੈ ਜਾਂ ਕਰਨਾ ਜਾਇਜ਼ ਹੈ ਜਾਂ ਕਿੱਦਾਂ ਆ ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਇਸ ਵੇਲੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਜਿਹੜੀਆਂ ਆਪਾਂ ਬਾਰ ਬਾਰ ਕਹਿ ਰਹੇ ਹਾਂ ਕਿ ਕਮੈਂਟਸ ਕਰਨੇ ਜਿਹੜੇ ਆ ਉਹ ਇੰਨੇ ਇੰਪੋਰਟੈਂਟ ਹੈਗੇ ਆ ਕਿ ਜਿਹਦਾ ਕੋਈ ਹਿਸਾਬ ਨਹੀਂ ਗਾ ਇਹ ਚੀਜ਼ਾਂ ਜਿਹੜੀਆਂ ਕਿਉਂਕਿ ਹਰੇਕ ਜਿਹੜੇ ਸੈਸ਼ਨ ਹੁੰਦੇ ਆ ਹਰੇਕ ਕਮੈਂਟ ਪੀਰੀਅਡ ਦਾ ਉਹ ਚ ਜੇ ਤੁਸੀਂ ਉਹਦੇ ਹੱਕ ਦੀ ਗੱਲ ਕਰਦੇ ਆ ਤੇ ਉਹਦੇ ਵਿਰੁੱਧ ਗੱਲ ਕਰਨ ਵਾਲੇ ਵੀ ਬਹੁਤ ਹੁੰਦੇ ਆ ਜੀ ਠੀਕ ਹੈ ਨਾ ਤੇ ਆਰਗੇਨਾਈਜ਼ ਕਰਕੇ ਲੋਕੀ ਇਹ ਕੰਮ ਜਿਹੜੇ ਆ ਜਿਹੜੇ ਸੇਫਟੀ ਐਡਵੋਕੇਟਸ ਹੈਗੇ ਆ ਸੇਫਟੀ ਆ ਦਾ ਗੱਲ ਕਰਦੇ ਆ ਉਹ ਪੂਰਾ ਆਰਗੇਨਾਈਜ਼ ਕਰਦੇ ਆ ਸਾਰਾ ਕੁਛ ਕਰਦੇ ਆ ਤੇ ਹੁਣ ਡੈਫੀਨੇਟਲੀ ਜਿਹੜੀ ਆਪਣੀ ਸੈਟਰਡੇ ਨੂੰ ਮੀਟਿੰਗ ਅਸੀਂ ਯੂਨੀਵਰਸਿਟੀ ਦੇ ਵਿੱਚ ਜਕਾਰਾ ਵੱਲੋਂ ਰੱਖੀ ਗਈ ਆ ਮੈਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਮੇਰਾ ਸਕੈਡਿਊਲ ਮੈਂ ਚੇਂਜ ਕਰਕੇ ਜਿੱਦਾਂ ਵੀ ਆ ਮੈਂ ਅੱਜ ਵੀ ਸੈਕਰਾਮੈਂਟੋ ਦੇ ਵਿੱਚ ਹੈਗਾ ਆ ਮੈਂ ਚੇਂਜ ਕਰਕੇ ਮੈਂ ਜਿੱਦਾਂ ਕਿੱਦਾਂ ਵੀ ਆ ਮੈਂ ਸੈਟਰਡੇ ਦੀ ਮੀਟਿੰਗ 'ਚ ਪਹੁੰਚਾ ਤਾਂ ਕਿ ਅਸੀਂ ਉੱਥੇ ਆਪਣੇ ਸਟੇਸ਼ਨ ਲੈਪਟਾਪਸ ਲਾ ਕੇ ਕੁਛ ਨਾ ਕੁਛ ਲਾ ਕੇ ਅਸੀਂ ਉੱਥੇ ਲਾਈਵ ਉਦੋਂ ਹੀ ਅਸੀਂ ਜਿਹੜੇ ਆ ਕਮੈਂਟਸ ਕਰਵਾਈਏ ਟਰੱਕ ਸ਼ੋਅ 'ਤੇ ਵੀ ਇਹ ਇਰਾਦਾ ਆ ਕਿ ਟਰੱਕ ਸ਼ੋਅ ਦੇ ਉੱਤੇ ਵੀ ਬੂਥ ਦੇ ਵਿੱਚ ਸਾਰੇ ਜਿਹੜੇ ਲਾਈਵ ਕਮੈਂਟਸ ਆ ਉੱਥੇ ਮਲਟੀਪਲ ਯੂਨਿਟ ਰੱਖ ਕੇ ਮਲਟੀਪਲ ਸਟੇਸ਼ਨ ਰੱਖ ਕੇ ਉੱਥੇ ਜਿਹੜੇ ਆ ਕਮੈਂਟਸ ਕਰਵਾਏ ਜਾਣ ਮੈਥ ਬੇਸਿਸ ਦੇ ਉੱਤੇ ਕਿਉਂਕਿ ਜੇ ਆਪਾਂ ਇਹਨੂੰ ਔਰਗਨਾਈਜ਼ ਨਾ ਕੀਤਾ ਜੇ ਆਪਾਂ ਇਹਨੂੰ ਢੰਗ ਨਾ ਕੀਤਾ ਇਹਨੇ ਆਪਾਂ ਨੂੰ ਹਰਟ ਕਰਨਾ ਹੈ ਤੇ ਵੀ ਡੋਂਟ ਨੋ ਕਿ ਆਪਾਂ ਤਾਂ 1100 ਹੱਕ 'ਚ ਆ ਪਤਾ ਨੀ ਕਿੰਨੇ ਇਹਦੇ ਵਿਰੁੱਧ ਵੀ ਹੈਗੇ ਆ ਜਿਹੜੇ ਲੋਕੀ ਇਹ ਕਹਿ ਰਹੇ ਆ ਵੀ ਤੁਸੀਂ ਇਹ ਦੇਖੋ ਨਾ ਬਾਹਰ ਜਾ ਕੇ ਜੇ ਤੁਸੀਂ ਨਿਊਜ਼ ਪੜ੍ਹੋ ਬਾਹਰ ਜਾ ਕੇ ਗੱਲ ਕਰੋ ਕਿੰਨੇ ਲੋਕੀ ਇਹਦੇ ਖਿਲਾਫ਼ ਵੀ ਗੱਲ ਕਰਦੇ ਆ ਕਿ ਭਾਈ ਇਹ ਤਾਂ ਤੁਸੀਂ ਸੇਫਟੀ ਨੂੰ ਦਾਅਵੇ ਲਾਤਾ ਠੀਕ ਹੈ ਨਾ ਇਹ ਤਾਂ ਤੁਸੀਂ ਕੰਪਨੀਆਂ ਨੂੰ ਹੋਰ ਹੱਕ ਦੇ ਤੇ ਕੰਪਨੀਆਂ ਜਿਹੜੀਆਂ ਕੱਲ ਨੂੰ ਡਰਾਈਵਰ ਨੂੰ ਮਿਸਯੂਜ਼ ਕਰਨਗੀਆਂ ਡਰਾਈਵਰ ਨੂੰ ਤੰਗ ਕਰਨਗੀਆਂ ਸੋ ਉਹ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਵੀ ਮੱਦੇਨਜ਼ਰ ਰੱਖੋ ਤੇ ਇਹਨੂੰ ਥੋੜਾ ਜਿਹਾ ਹੋਰ ਆਰਗਨਾਈਜ਼ ਕਰੋ ਆਪਣੇ ਕੋਲ ਜ਼ਿਆਦਾ ਟਾਈਮ ਨਹੀਂ ਰਹਿ ਗਿਆ ਇਹਨਾਂ ਨੂੰ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਸਾਰੇ ਜਾਣੇ ਲੋਕਲ ਜਿੰਨੇ ਬੈਠੇ ਆ ਸੁਣੋ ਸੁਣ ਕੇ ਇਹਨਾਂ ਨੂੰ ਆਰਗਨਾਈਜ਼ ਕਰਨ ਦੀ ਤਿਆਰੀ ਕਰੋ ਕਿ ਮੈਸਿਵ ਲੈਵਲ ਦੇ ਉੱਤੇ ਇਹਨੂੰ ਕਰਨ ਦੀ ਲੋੜ ਹੈ ਜੀ ਜੀ
ਇੱਕ ਰਮਨ ਜੀ ਮੈਨੂੰ ਕਾਲ ਆਈ ਸੀ CHP ਦੇ ਵਿੱਚੋਂ ਗੁਰਦਰਸ਼ਨ ਸਿੰਘ, ਕਹਿੰਦੇ ਜਿਹੜਾ ਐਗਰੀ ਜਿਹੜਾ ਵਾਲਾ ਐਗਜ਼ੈਂਪਸ਼ਨ ਆ ਉਹ ਫੈਡਰਲ ਲੈਵਲ ਦਾ ਐਗਜ਼ੈਂਪਸ਼ਨ ਆ, ਉਹ ਕੈਲੀਫੋਰਨੀਆ ਦਾ ਐਗਜ਼ੈਂਪਸ਼ਨ ਨਹੀਂ ਆ, ਇਹ ਜਿਹੜਾ ਉਹ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਉਹ ਦੱਸ ਰਹੇ ਸੀਗੇ। ਹਾਂਜੀ, ਇਹ ਜਿਹੜਾ ਜਿੰਨੇ ਵੀ ਲਾਅ ਆਪਾਂ FMCS ਦੇ ਲੈ ਰਹੇ ਸਾਰਾ ਕੁਝ ਫੈਡਰਲ ਹੈ। ਜੀ ਜੀ ਜੀ, ਪਰ ਜਦੋਂ ਫਿਰ ਹਾਈਵੇ ਪੈਟਰੋਲ ਵਾਲੇ ਰੋਕਦੇ ਆ ਤੇ ਉਹ ਫਿਰ ਇਹ ਬਹੁਤ ਫਿਰ ਭੰਬਲਪੂ ਸਾਹਿਬ ਉਹ ਕਿਹੜੇ ਚੀਜ਼ ਦੇ ਕਾਨੂੰਨ ਨੂੰ ਉਹ ਮੇਨ ਦੇਖ ਰਹੇ ਹੋਣਗੇ? ਦੇਖੋ ਜਿਹੜਾ ਇਸ ਵੇਲੇ CHP ਆ, CHP ELD ਨੂੰ ਚੈੱਕ ਕਰਦੀ ਆ, ਬਿਕੋਜ਼ ਉਹ ਮੈਥਡ ਆਫ ਲੌਗ ਬੁੱਕ ਆ। ਠੀਕ ਹੈ, ਉਹ ਚੈੱਕ ਕਰਦੀ ਆ, ਪਰ ਅਕੋਰਡਿੰਗ ਟੂ CHP, ਜੇ ਤੁਸੀਂ CHP ਨੂੰ ਪੁੱਛਦੇ ਆ ਨਾ, ਤੇ ਬਿਕੋਜ਼ ਉਹਨਾਂ ਨੇ ਅਡਾਪਟ ਨਹੀਂ ਕੀਤੀ ਇਹ। ਠੀਕ ਹੈ ਨਾ, ਉਹਨਾਂ ਅਡਾਪਟ ਨਹੀਂ ਕੀਤੀ। ਉਹ ਕਦੋਂ ਅਡਾਪਟ ਕਰਨ ਜਾ ਰਹੇ ਆ? ਇਸ ਸਾਲ ਦੇ ਐਂਡ ਚ, ਦਸੰਬਰ ਚ? ਦਸੰਬਰ ਚ, ਠੀਕ ਹੈ। ਸੋ ਜਦੋਂ ਉਹਨਾਂ ਨੇ ਅਡਾਪਟ ਨਹੀਂ ਕੀਤੀ, ਇਸ ਕਰਕੇ ਜੇ ਤੁਸੀਂ CHP ਨੂੰ ਪੁੱਛੋ, ਉਹ ਕਹਿੰਦੇ ਵੀ ਆਈ ਡੋਨਟ ਨੋ, ਮਤਲਬ ਉਹ ਕਹਿੰਦੇ ਮੈਂ ਤਾਂ ਅਸੀਂ ਤਾਂ ਅਡਾਪਟ ਨਹੀਂ ਕੀਤੀ, ਪਰ ਫੈਡਰਲ ਲੈਵਲ ਤੇ ਅਡਾਪਟ ਹੋ ਚੁੱਕੀ ਆ, ਔਰ ਦਿਸ ਇਜ਼ ਦਾ ਮੋਡ ਆਫ ਰਿਕਾਰਡਿੰਗ ਯੂਰ ਆਵਰਸ, ਸੋ ਆਈ ਹੈਵ ਟੂ ਚੈੱਕ ਇਟ। ਚੈੱਕ ਤਾਂ ਕਰਨੀ ਪੈਣੀ, ਚੈੱਕ ਕਰਨੀ ਪੈਣੀ ਆ, ਬਟ ਐਸ ਫਾਰ ਐਸ ਉਹ ਭਾਜੀ ਹੋਣੀ ਗਿੱਲ ਭਾਜੀ ਹੋਣਾ ਜਿਹੜੀ ਗੱਲ ਕਹੀ ਆ, ਦੈਟਸ ਟਰੂ, ਇਟ ਇਜ਼ ਟਰੂ ਕਿ ਇਹ ਜਿਹੜਾ ਲਾਅ ਹੈਗਾ ਫੈਡਰਲ ਹੈਗਾ, ਐਂਡ ਮੋਸਟ ਜਿੰਨੇ ਵੀ ਲਾਅ ਜਿਹੜੇ ਬਣਦੇ ਆ ਇਹ ਫੈਡਰਲ ਹੁੰਦੇ ਆ, ਤੇ ਸਟੇਟਸ ਜਿਹੜੀਆਂ ਆ ਉਹਨੂੰ ਅਡਾਪਟ ਕਰਦੀਆਂ। ਜੀ ਜੀ, ਸੋ ਸੋ ਜਿਹੜਾ ਐਗਰੀਕਲਚਰ ਵਾਲਾ ਐਗਜ਼ੈਂਪਸ਼ਨ ਆ, ਸੋ ਕੈਲੀਫੋਰਨੀਆ ਵਾਲਿਆਂ ਨੂੰ ਹੈਗਾ ਆ ਕਿ ਨਹੀਂ ਹੈਗਾ, ਕਿਉਂਕਿ ਇਨ ਦੀ ਐਂਡ ਬੋਟਮ ਲਾਈਨ ਤੇ ਲੋਕਾਂ ਨੇ ਇਹ ਪੁੱਛਣੀ ਆ। ਨਹੀਂ ਨਹੀਂ, ਐਗਜ਼ੈਂਪਸ਼ਨ ਹੈਗੀ ਆ ਜੀ, ਐਗਜ਼ੈਂਪਸ਼ਨ, ਪਰ ਉਹ ਫੈਡਰਲ ਲੈਵਲ ਤੋਂ ਮਿਲੀ ਹੋਈ ਆ, ਉਹ ਫੈਡਰਲ ਲੈਵਲ ਤੋਂ ਮਿਲੀ ਹੋਈ ਆ, ਪਰ ਐਗਜ਼ੈਂਪਸ਼ਨ ਨੂੰ ਯੂਜ਼ ਕਰਨਾ ਬੜਾ ਤਰੀਕੇ ਨਾਲ ਯੂਜ਼ ਕਰਨਾ ਬਹੁਤ ਇੰਪੋਰਟੈਂਟ ਹੈ, ਇਸ ਕਰਕੇ ਮੋਸਟ ਆਫ ਦਾ ਟਾਈਮ ਅਸੀਂ ਜ਼ਿਆਦਾ ਇਸ ਐਗਜ਼ੈਂਪਸ਼ਨ ਦੀ ਆਪਣੀ ਕਮਿਊਨਿਟੀ ਦੇ ਵਿੱਚ ਗੱਲ ਨਹੀਂ ਕਰਦੇ। ਕਿਉਂ? ਕਿਉਂਕਿ ਸਾਡੇ ਜਿੰਨੇ ਵੀ ਮੋਸਟਲੀ ਲੋਡਸ ਚੁੱਕੇ ਜਾਂਦੇ ਆ, ਦੇ ਆਰ ਪ੍ਰੋਸੈਸਡ। ਠੀਕ ਹੈ ਨਾ, ਸਾਡੇ ਉਹ ਉਹ ਵਾਲਾ ਕੰਮ ਹੈ ਨਹੀਂ ਵੀ ਅਸੀਂ ਖੱਤਿਆਂ ਦੇ ਵਿੱਚੋਂ ਟਮਾਟਰ ਚੱਕ ਕੇ ਲਿਆਉਂਦੇ ਹਾਂ ਕੈਨਰੀ ਤੱਕ, ਜਾਂ ਕੈਨਰੀ ਤੋਂ ਅਸੀਂ ਯੂਨੋ ਜਦੋਂ ਕੈਨਰੀ ਚ ਟਮਾਟਰ ਆ ਗਿਆ, ਟਮਾਟਰ ਪ੍ਰੋਸੈਸਡ ਹੋ ਗਿਆ, ਉਸ ਤੋਂ ਬਾਅਦ ਉਹਦੀ ਚੇਂਜ ਹੋ ਗਿਆ, ਉਹਦੀ ਜਿਹੜੀ ਕੋਡਿੰਗ ਚੇਂਜ ਹੋ ਗਈ। ਪਰ ਯੂਬਾ ਸਿਟੀ ਇਲਾਕੇ ਵਾਲੇ ਪਾਸੇ ਤਾਂ ਹੋ ਸਕਦਾ ਵੀ ਇਦਾਂ ਦੇ ਲੋਕ ਜ਼ਿਆਦਾ ਹੋਣ, ਉਧਰ ਵੀ ਘੱਟ ਨੇ ਜਿਹੜੀਆਂ। ਨਹੀਂ ਨਹੀਂ, ਜਿਹੜੀਆਂ ਕੰਪਨੀਆਂ ਇੱਦਾਂ ਦਾ ਕੰਮ ਕਰਦੀਆਂ ਨਾ, ਉਹਨਾਂ ਨੂੰ ਪਤਾ ਹੈ ਲਾਅ। ਠੀਕ ਹੈ, ਸੋ ਦੇ ਨੋ ਕਿ ਵਟ ਦਾ ਲਾਅ ਇਜ਼, ਦੇ ਨੋ ਜਿਹੜੀ ਜਿਹੜੀ ਨਾਨ ਪ੍ਰੋਸੈਸ ਚੱਕ ਰਹੀਆਂ ਨਾ, ਜਿਹੜਾ ਇੱਦਾਂ ਰੌਲਾ ਆਇਆ ਕਿ ਐਗਜ਼ੈਂਪਸ਼ਨ ਦਾ ਪਿਆ ਹੈ, ਉਹ ਉਹਨਾਂ ਕੰਪਨੀਆਂ ਕਰਕੇ ਪਿਆ ਨਾ ਜਿਹੜੀਆਂ ਚੱਕ ਰਹੀਆਂ ਆਲਰੇਡੀ, ਜਿਹਨੂੰ ਪਤਾ ਹੁਣ ਜਿਹੜਾ ਇਸੇ ਕਰਕੇ ਤਾਂ ਉਹਨਾਂ ਨੇ ਕਿਹਾ ਸੀਗਾ ਜੀ ਅਸੀਂ ਹੁਣ ਟਮਾਟਰ ਚੱਕਣ ਗਏ ਹਾਂ ਖੱਤੇ ਚੋਂ, ਹੈ ਨਾ, ਉੱਥੇ ਪਤਾ ਕਿੰਨਾ ਟਾਈਮ ਲੱਗਦਾ, ਖੜੇ ਹੋ ਗਏ, ਹੋ ਗਿਆ ਨਹੀਂ ਹੋ ਗਿਆ, ਕੀ ਹੋ ਗਿਆ ਕੀ ਨਹੀਂ ਹੋ ਗਿਆ, ਸੋ ਉਹਦੇ 'ਤੇ ਉਹ ਟਾਈਮ ਦੀ ਸੂਈ ਨਹੀਂ ਚੱਲਦੀ, ਕਿਉਂਕਿ ਖੱਤੇ ਦੇ ਵਿੱਚ ਕਦੇ ਲੱਦਿਆ ਗਿਆ ਟਾਈਮ ਨਾਲ, ਨਹੀਂ ਲੱਦਿਆ ਗਿਆ, ਆਹ ਹੋ ਗਿਆ ਉਹ ਹੋ ਗਿਆ, ਅਸਰ ਤਾਂ ਉਹ ਸਾਰਾ ਪਿੱਛੇ ਆਣ ਕੇ ਰੀਫਰ ਕਮਿਊਨਿਟੀ 'ਤੇ ਵੀ ਪੈਂਦਾ ਹੀ ਆ ਕਿ ਜੇ ਖੱਤੇ 'ਚੋਂ ਟਾਈਮ 'ਤੇ ਨਹੀਂ ਪ੍ਰੋਡਕਟ ਆਇਆ ਤਾਂ ਗਾਂ ਉਹਨੇ ਲੱਦਣਾ ਵੀ ਟਾਈਮ ਨਾਲ ਨਹੀਂ। ਠੀਕ ਹੈ ਨਾ, ਸੋ ਪੈਂਦਾ ਤਾਂ ਸਰਕ ਉਹ ਮਤਲਬ ਕਿ ਲਾਈਨ ਦੇ ਵਿੱਚ ਸਾਰਿਆਂ ਦਾ ਅਸਰ ਪੈਂਦਾ, ਪਰ ਦੈਟ ਵਾਸ ਮੇਨ ਕੀ ਜਿਹੜਾ ਇੱਕ ਸੀਗੇ ਜਿਹੜੇ ਆਪਣੇ ਜਾਨਵਰ ਲੈ ਕੇ ਲਾਈਵ ਸਟਾਕ ਵਾਲੇ ਵੀ ਉਹਨਾਂ ਦੇ ਵਿੱਚ ਲਾਈਵ ਜਾਨਵਰ ਹੈਗੇ ਆ, ਤੇ ਜਿਹੜਾ ਇੱਕ ਪ੍ਰੋਡਿਊਸ ਹੈਗਾ ਜਿਹੜਾ ਫਰੈਸ਼ ਪ੍ਰੋਡਿਊਸ ਆਉਣ ਦੀ ਲੋੜ ਆ। ਜੀ ਜੀ, ਅਤੇ ਸਮਾਂ ਵੀ ਜਿਹੜਾ ਆਪਣੇ ਅੱਜ ਦਾ ਪ੍ਰੋਗਰਾਮ ਦਾ ਸਮਾਪਤ ਹੈ, ਮਾਫ਼ੀ ਚਾਹੁੰਦੇ ਹਾਂ ਸਰੋਤਿਆਂ ਤੋਂ, ਫੋਨ ਲਾਈਨਸ ਦੇ ਵਿੱਚ ਪ੍ਰੋਬਲਮ ਆਉਣ ਕਰਕੇ ਜਿਹੜੀ ਆ ਤੁਹਾਡੀਆਂ ਜਿਹੜੀਆਂ ਹੁਣ ਕਾਲਸ ਜਿਹੜੀਆਂ ਨਹੀਂ ਲੈ ਸਕੇ, ਪਰ ਇਹ ਵੀ ਇੱਕ ਇੰਪੋਰਟੈਂਟ ਵਿਸ਼ਾ ਸੀਗਾ ਜਿਸ ਨੂੰ ਉੱਤੇ ਜਿਹੜੀ ਆਪਾਂ ਗੱਲਬਾਤ ਕਰਨੀ ਸੀ। ਜਾਂਦੇ ਜਾਂਦੇ ਇੱਕ ਹੋਰ ਗੱਲ ਕਰਦੇ ਜਾਈਏ, ਐਮਾਜ਼ੋਨ ਨੇ ਹੁਣੇ ਹੁਣੇ ਇੱਕ ਜਿਹੜੀ ਇਹ ਖਬਰ ਆ ਰਹੀ ਆ, 100,000 ਇਲੈਕਟ੍ਰੀਕਲ ਡਿਲੀਵਰੀ ਟਰੱਕ ਜਿਹੜੇ ਉਹ ਆਰਡਰ ਕਰਤੇ ਰਿਵੀਅਨ, ਜਿਹੜੀ ਟੈਸਲਾ ਦੀ ਇੱਕ ਰਾਈਵਲ ਇਲੈਕਟ੍ਰਿਕ ਕੰਪਨੀ ਹੈਗੀ ਆ, ਉਸ ਦੇ ਕੋਲੋਂ 100,000 ਇਲੈਕਟ੍ਰਿਕ ਡਿਲੀਵਰੀ ਟਰੱਕ ਜਿਹੜੇ ਆ ਉਹ ਐਮਾਜ਼ੋਨ ਵਾਲੇ ਜਿਹੜੇ ਆ ਉਹ ਕਰ ਰਹੇ ਨੇ ਆਰਡਰ। ਉਹਨਾਂ ਨੇ ਆਪਣੇ ਪੱਧਰ ਦਾ ਇਹ, ਉਹਨਾਂ ਨੇ USPS, FedEx, UPS ਇਹਨਾਂ ਸਾਰਿਆਂ ਤੋਂ ਆਪਣੇ ਆਪ ਨੂੰ ਜਿਹੜਾ ਇੰਡੀਪੈਂਡੈਂਟ ਕਰ ਲੈਣਾ ਆ। ਇਹ ਆਪਾਂ ਇਹਨਾਂ ਨੇ ਕੁਛ ਸਮਾਂ ਪਹਿਲਾਂ ਹਰਜੋਤ ਸਿੰਘ ਜੀ ਇਹ ਵੀ ਇੱਕ ਪ੍ਰੋਗਰਾਮ ਵੀ ਸ਼ੁਰੂ ਕਰ ਰਹੇ ਆ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੀ ਤੁਸੀਂ ਲਿਆਓ ਅਤੇ ਅਸੀਂ ਤੁਹਾਡੇ ਨਾਲ ਜਿਹੜੇ ਲੋਕਲ ਡਿਲੀਵਰੀ ਵਾਲਾ ਸਿਸਟਮ ਜਿਹੜਾ ਤੁਹਾਡੇ ਨਾਲ ਜਿਹੜਾ ਉਹ ਸੈਟਅਪ ਕਰਾਂਗੇ। ਸੋ 100,000 ਡਿਲੀਵਰੀ ਟਰੱਕ ਜਿਹੜੇ ਇਲੈਕਟ੍ਰਿਕ ਟਰੱਕ ਜਿਹੜੇ ਉਹ ਕਰ ਰਹੇ ਆ, ਪਿੱਛੇ ਮੇਨ ਮਕਸਦ ਇੱਕ ਤਾਂ ਇਹ ਆ ਵੀ ਉਹ ਇੰਡੀਪੈਂਡੈਂਟ ਹੋਣਗੇ, ਆਪਣੇ ਤੌਰ ਦੇ ਉੱਤੇ ਕੰਮ ਕਰ ਸਕਣਗੇ ਤੇ ਕਾਰਬਨ ਨਿਊਟਰਲ ਐਮਿਸ਼ਨਸ ਤੋਂ ਬਚਣ ਲਈ। ਰਾਜ, ਮੇਰੇ ਖਿਆਲ ਇਲੈਕਟ੍ਰਿਕ ਟਰੱਕ ਜਿਹੜਾ ਨਾ ਬਹੁਤ ਜ਼ਰੂਰੀ ਹੈ। ਤੁਸੀਂ ਦੇਖੋ ਸਾਊਦੀ ਅਰਬ ਦੇ ਵਿੱਚ ਉਹ ਹਮਲਾ ਹੋਇਆ ਤੇ ਅੱਗ ਲੱਗੀ ਉੱਥੇ, ਹੈ ਨਾ, ਰਿਫਾਇਨਰੀਆਂ ਦੇ ਵਿੱਚ ਅੱਗ ਉੱਥੇ ਲੱਗੀ ਸੀ ਤੇ ਰਾਤੋਂ ਰਾਤ ਹੀ ਨਾ
ਤੇਲ ਵਧ ਗਿਆ ਆਪਣੇ 15-15 ਸੈਂਟ 20-20 ਸੈਂਟ ਮੈਂ ਕਿਹਾ ਵੀ ਇੰਨੀ ਛੇਤੀ ਟਰੈਵਲ ਕੀਤੀ ਨਾ ਉੱਥੋਂ ਜਿਹੜੀ ਨਿਊਜ਼ ਦੇ ਨਾਲ ਹੀ ਪ੍ਰਾਈਸਾਂ ਵਧ ਗਈਆਂ ਤੇ ਇਲੈਕਟ੍ਰਿਕ ਟਰੱਕ ਚਾਹੀਦੇ ਆ ਬਾਈ ਹੁਣ ਤਾਂ ਨਾਲੇ ਤੁਸੀਂ ਦੇਖੋ ਵੀ ਉਹ ਸਿਰਫ 5% ਤੇਲ ਬਣਾਉਂਦੇ ਆ ਵਿਸ਼ਵ ਦਾ ਸਿਰਫ 5% ਤੇਲ ਦੇ ਉਤਪਾਦਕ ਨੇ ਤੇ ਤਾਂ ਇੰਨਾ ਫਰਕ ਪੈ ਗਿਆ ਤੇ ਰੱਬ ਨਾ ਕਰੇ ਕਿਤੇ ਜ਼ਿਆਦਾ ਜ਼ੋਰ ਕਿਤੇ ਹੋਰ ਕਿਤੇ ਸਮੱਸਿਆ ਲੱਗ ਗਈ ਤੇ ਫਿਰ ਕਰਾਂਗੇ ਕੀ ਜਾਣਾ ਕਿੱਧਰ ਨੂੰ ਆ ਹੁਣ ਰਮਨ ਜੀ ਹਰਜੋਤ ਜੀ ਸ਼ੁਰੂਆਤ ਦੇ ਵਿੱਚ ਜਿਹੜੀ ਵੀ ਟੈਕਨੋਲੋਜੀ ਆਉਂਦੀ ਮਹਿੰਗੀ ਹੁੰਦੀ ਤੇ ਓਵਰਆਲ ਜਦੋਂ ਜਦੋਂ ਉੱਤੇ ਵਰਕਆਊਟ ਹੋਣ ਲੱਗ ਜਾਂਦਾ ਤੇ ਫਿਰ ਉਹ ਆਟੋਮੈਟਿਕਲੀ ਸਸਤੀ ਜਿਹੜੀ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਬਹੁਤ ਬਹੁਤ ਧੰਨਵਾਦ ਰਮਨ ਜੀ ਤੁਸੀਂ ਸਾਡੇ ਨਾਲ ਜੁੜੇ ਥੈਂਕ ਯੂ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਆ ਹਰਜੋਤ ਸਿੰਘ ਜੀ ਮਿਲਾਂਗੇ ਆਪਾਂ ਆਪਣੇ ਸਰੋਤੇ ਨੂੰ ਜਿਹੜਾ ਅਗਲੀ ਵਾਰ ਉਦੋਂ ਤੱਕ ਲਈ ਸਾਡੇ ਉਹਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ USA ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫੇਰ ਕਿਤੋਂ ਬਾਹਰੋਂ ਖਾਣਾ ਖਾਇਆ ਨੇ ਆ। ਮੇਰਾ ਅੱਜ ਚਾਟ ਖਾਣ